एक है कि अक्खरकारी, एक है लड़ीवार अक्खरकारी। पहला तो सानू इन दोहां दे विच जो अर्थ ने वह समझण की बहुत लोड़ है, क्योंकि असी कह दें कि कैलीग्राफी की हुई है। कैलीग्राफी का संबंध कितने ना कितने कमर्शियल दे नाल है, और अक्खरकारी का कितने ना कितने संबंध एहसासा दे नाल है। ठीक है, तो उस तो बाद आ गई लड़ीवार अक्खरकारी। अक्खरकारी की हुई है तो उसनू लिखना, सब तो वड्डी गल तो आम भाषा दी कैलीग्राफी है कि सोहनी लिखाई, सोहना लिखना, उसनू अक्खरां नू बहुत सोहने तरीके नाल लिखना, अक्खरकारी उसनू पंजाबी च कह दिता। लेकिन फर्क की है अक्खरकारी ते लड़ीवार अक्खरकारी दे विच, कि आपां अपने पुराने ग्रंथ देखते हैं। ठीक है, गुरु ग्रंथ साहिब देख लो या पुराने जिन्हें भी ग्रंथ देख लो, वह किसी भी उहदे च नहीं, चाहे हिंदू आपां दे देखते हैं या अपना गुरु ग्रंथ साहिब देखते हैं, सारे लड़ीवार अक्खरकारी च ने। ਮੈਨੂੰ ਇਹ ਚੀਜ਼ ਦਾ ਬੜਾ ਹੁੰਦਾ ਸੀ ਵੀ ਜੇ ਲਿਖਿਆ ਜਾਵੇ ਤਾਂ ਲੜੀਵਾਰ ਅੱਖਰਕਾਰੀ ਲਿਖੀ ਜਾਵੇ। ਮੈਂ ਕਦੇ ਵੀ ਦੂਸਰੀ ਕੈਲੀਗ੍ਰਾਫੀ ਨਹੀਂ ਕੀਤੀ, ਮੈਂ ਹਮੇਸ਼ਾ ਲੜੀਵਾਰ ਅੱਖਰਕਾਰੀ ਹੀ ਕੀਤੀ ਅਤੇ ਗੁਰਬਾਣੀ ਹੀ ਲਿਖੀ ਹੈ, ਕਿਉਂਕਿ ਮੈਨੂੰ ਇਹ ਮੇਰੀ ਆਤਮਾ ਨੂੰ ਬਹੁਤ ਸਕੂਨ ਦਿੰਦੀ ਸੀਗੀ। ਹੁਣ ਮੈਂ ਜਿਵੇਂ ਲੜੀਵਾਰ ਅੱਖਰਕਾਰੀ 'ਚ, ਹੁਣ ਮੈਂ ਸਭ ਤੋਂ ਪਹਿਲਾਂ ਇਹੀ ਦੱਸਾਂ ਵੀ ਜੇ ਲੜੀਵਾਰ ਅੱਖਰਕਾਰੀ ਕਰਨ ਦਾ ਫਾਇਦਾ ਕੀ ਹੈ, ਕਿਉਂ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਜਿਹੜੇ ਪੁਰਾਤਨ ਗ੍ਰੰਥ ਨੇ ਉਹ ਲੜੀਵਾਰ 'ਚ ਰੱਖੇ ਗਏ ਨੇ, ਉਹਦੇ ਵਿੱਚ ਕੁਛ ਮਿਲਾਵਟ ਨਹੀਂ ਹੋ ਸਕਦੀ? ਕਿਉਂ ਅੱਜ ਦੇ ਟਾਈਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ ਸਰੂਪਾਂ ਦੇ ਵਿੱਚ ਇੰਨੀਆਂ ਗਲਤੀਆਂ ਕਿਉਂ ਮਿਲਦੀਆਂ ਨੇ, ਪੁਰਾਣਿਆਂ ਦੇ ਵਿੱਚ ਕਿਉਂ ਨਹੀਂ ਮਿਲਦੀਆਂ? ਅਗਰ ਕੋਈ ਅੱਖਰ ਨੂੰ ਸਹੀ ਕਰਨਾ ਹੁੰਦਾ ਸੀ ਉਹਦਾ ਇੱਕ ਅਲੱਗ ਤਰੀਕਾ ਹੁੰਦਾ ਸੀਗਾ। ਸਿੱਖ ਚੈਨਲ ਵੇਖ ਰਹੇ ਹੋ ਤੁਸੀਂ, ਆਪ ਸਭ ਦਾ ਸਵਾਗਤ ਹੈ ਸੁਖਵਿੰਦਰ ਸਿੰਘ ਗਰਿਆਲ ਦੇ ਵੱਲੋਂ। ਆਸ ਕਰਦਾ ਵੀ ਸਭ ਤੁਸੀਂ ਠੀਕ ਠਾਕ ਹੋਵੋਗੇ ਅਤੇ ਆਪੋ ਆਪਣੇ ਖੇਤਰ ਦੇ ਵਿੱਚ ਮਿਹਨਤ ਕਰਦੇ ਹੋਵੋਗੇ। ਖੇਤਰ ਦੀ ਗੱਲ ਮੈਂ ਇਸ ਕਰਕੇ ਕੀਤੀ ਆ ਕਿਉਂਕਿ ਅੱਜ ਜਿਨ੍ਹਾਂ ਦੇ ਨਾਲ ਅਸੀਂ ਮੁਲਾਕਾਤ ਕਰਨੀ ਆ ਉਹ ਆਪਣੇ ਖੇਤਰ ਦੀ ਇੱਕ ਬਹੁਤ ਮਿਹਨਤ ਕਰਨ ਵਾਲੀ ਪਰਸਨੈਲਿਟੀ ਆ। ਨਹੀਂ, ਆਮ ਤੌਰ 'ਤੇ ਕਿਹਾ ਜਾਂਦਾ ਨਾ ਕਿ ਅਸੀਂ ਤੁਹਾਨੂੰ ਬਹੁਤ ਮਸ਼ਹੂਰ ਫਲਾਣੇ ਨਾਲ ਮਿਲਾਉਣ ਜਾ ਰਹੇ ਹਾਂ। ਮੈਂ ਜ਼ਿਕਰ ਇਸ ਕਰਕੇ ਮਿਹਨਤ ਦਾ ਕੀਤਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਕਲਾਕਾਰ ਜਿਹੜਾ ਸ਼ਬਦ ਆ ਉਹ ਜਿਵੇਂ ਸਿਰਫ ਗਾਉਣ ਵਾਲਿਆਂ ਨੂੰ ਦੇ ਦਿੱਤਾ ਹੁੰਦਾ। ਆਪਸ 'ਚ ਗੱਲਾਂ ਕਰਦੇ ਅਸੀਂ ਪਿੰਡਾਂ ਦੇ ਵਿੱਚ ਆਮ ਕਈ ਵਾਰੀ ਯਾਰਾਂ ਦੋਸਤਾਂ ਨਾਲ ਬੈਠੇ ਵੇਖਦੇ ਹਾਂ, ਅਗਲਾ ਕਹਿੰਦਾ ਯਾਰ ਫਲਾਣੀ ਜਗ੍ਹਾ ਨਾ ਉਹ ਕਲਾਕਾਰ ਆਇਆ ਸੀ ਬਸ ਸਿਰਾ ਲਾ ਗਿਆ। ਮਤਲਬ ਇਹ ਨਹੀਂ ਕਹਿਣਾ ਕਿ ਉਹਦਾ ਖੇਤਰ ਕੀ ਆ, ਜਦਕਿ ਕਲਾਕਾਰ ਹਰ ਖੇਤਰ ਦੇ ਵਿੱਚ ਹੁੰਦੇ ਨੇ ਅਤੇ ਜਿਸ ਖੇਤਰ ਦੇ ਕਲਾਕਾਰ ਨਾਲ ਅੱਜ ਮਿਲਾਉਣਾ ਆ ਉਹ ਆਪਣੇ ਆਪ 'ਚ ਬਾਕਮਾਲ ਨੇ। ਕਿੰਨਾ ਵਿਸ਼ਾਲ ਦਾਇਰਾ ਇਸ ਖੇਤਰ ਦਾ ਹੋ ਸਕਦਾ ਤੁਹਾਨੂੰ ਅੱਜ ਪਤਾ ਲੱਗੂਗਾ, ਕਿਉਂਕਿ ਸਾਨੂੰ ਲੱਗਦਾ ਕਿ ਸ਼ਾਇਦ ਫਾਈਨ ਆਰਟਸ, ਪੇਂਟਿੰਗ, ਚਿੱਤਰਕਾਰੀ ਇਹ ਬੜਾ ਸੀਮਤ ਜਿਹਾ ਦਾਇਰਾ ਹੁੰਦਾ, ਇਹ ਆਪੋ ਆਪਣੇ ਕੰਮ 'ਚ ਲੱਗੇ ਰਹਿੰਦੇ ਨੇ, ਸਾਨੂੰ ਲੱਗਦਾ ਕਿ ਇਹਨਾਂ ਦਾ ਸ਼ੌਂਕ ਹੈ, ਹੈ ਨਾ, ਜਦਕਿ ਇਹਦੇ ਪਿੱਛੇ ਵੀ ਕਿੰਨੀ ਡੂੰਘਾਈ ਹੁੰਦੀ ਆ, ਇਹਦੇ ਅਰਥ ਕਿੰਨੇ ਡੂੰਘੇ ਹੁੰਦੇ ਨੇ, ਕਿੰਨੀ ਸਮਝ ਚਾਹੀਦੀ ਆ, ਇਹ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ। ਅਤੇ ਮੇਰੇ ਨਾਲ ਨੇ ਆਰਟਿਸਟ ਨੇ, ਕਲਾਕਾਰ ਨੇ ਭੈਣ ਮਨਵੀਰ ਕੌਰ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਤੇ ਤੁਹਾਨੂੰ ਉਹਨਾਂ ਦੇ ਸਟੂਡੀਓ ਦੇ ਵਿੱਚ ਲੈ ਆਏ ਹਾਂ ਜਿਸ ਕਮਰੇ 'ਚ ਬਹਿ ਕੇ ਕੰਮ ਕਰਦੇ ਨੇ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰੇ ਸਿੱਖ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਸ਼ੁਰੂ 'ਚ ਵੀ ਜਿਹੜਾ ਕਲਾਕਾਰ ਸ਼ਬਦ ਆ ਉਹ ਨਾ ਜਿਵੇਂ ਗਾਉਣ ਵਾਲਿਆਂ ਨੂੰ ਗਵਾਈਆਂ ਨੂੰ ਹੀ ਦੇ ਦਿੱਤਾ ਹੁੰਦਾ, ਉਹਨਾਂ ਨੂੰ ਕੋਈ ਇਹ ਨਹੀਂ ਕਹਿੰਦਾ ਕਿ ਗਾਉਣ ਵਾਲਾ, ਅਗਲਾ ਕਹਿੰਦਾ ਯਾਰ ਕਲਾਕਾਰ ਆ, ਕਲਾਕਾਰ ਆ। ਤੁਹਾਨੂੰ ਲੱਗਦਾ ਵੀ ਤੁਸੀਂ ਵੀ ਕਲਾ ਦੇ ਨਾਲ ਜੁੜੇ ਹੋਏ ਹੋ, ਬਹੁਤ ਸਾਰੇ ਹੋਰ ਖੇਤਰਾਂ ਨਾਲ ਵੀ ਕਲਾ ਵਾਲੇ ਜੁੜੇ ਹੋਏ ਨੇ, ਵੀ ਇਹ ਇਨਸਾਫ ਨਹੀਂ ਹੈਗਾ ਵੀ ਸਿਰਫ ਉਹਨਾਂ ਨੂੰ ਹੀ ਕਲਾਕਾਰ ਸਮਝੀ ਜਾਣਾ? ਦੇਖੋ, ਕਲਾਕਾਰ ਤਾਂ ਉਹ ਵੀ ਨੇ ਅਤੇ ਕਲਾਕਾਰ ਕੋਈ ਵੀ ਪਰਸਨ ਜਿਹੜਾ ਕੰਮ ਕਰ ਰਿਹਾ ਉਹ ਆਪਣੇ ਆਪ ਦੇ ਵਿੱਚ ਇੱਕ ਕਲਾਕਾਰ ਹੈ। ਅਕਾਲ ਪੁਰਖ ਨੇ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਕਲਾ ਬਖਸ਼ੀ ਹੋਈ ਹੈ। ਮੇਰੇ ਹਿਸਾਬ ਨਾਲ ਕਲਾ ਇੱਕ ਅਜਿਹਾ ਜ਼ਰੀਆ ਹੈ ਜਿਹੜਾ ਕਾਦਰ ਤੱਕ
कुदरत तक पहुँचने का एक कलात्मक रस्ता है। सो उनूं कोई किस फॉर्म दे विच लै लैंदा है, कोई गा के लै लैंदा है, कोई उसनू पेंट करके लै लैंदा है, कोई उस राह नू चुनदा है पोइट्री दे फॉर्म दे विच, कोई उसनू मूर्तियां कर कर के चुनदा है, ते कोई उसनू चुप रह के उस रस्ते नू पार करदा। सो ये जरूर है कि गाने वाले दा जिहड़ा ज़्यादा वह मन्या जाता है कि वह बहुत बड़े कलाकार ने, किते ना किते साडा फील्डो थोड़ा जिहा पिछे रह जांदा है। पर मैं है ना, मैनू तां आही सीगा भी खेतर नाल जरूर मैनशन होना चाहिए भी फलाने खेतर दा कलाकार। हुण कलाकार तां किसान सब तो वड्डा कलाकार आ, देख लो है ना, खेतां दे विच जो वह कलाकारी करदा उहदा कोई मुकाबला ही नहीं। जे इस फॉर्म दे विच लईए फिर तां मैनूं अकाल पुरख तो वड्डा तो कोई कलाकार ही नहीं हैगा, उन्होंने तो सारी कायनात नूं ही बनाया है। ते उस अकाल पुरख की उस कादर की उस कलाकार की असीं गल ही नहीं करते, उन्हूं तां असीं सारी उहदी सारी कलाकृति नूं खराब ही करन लगे होए आं, है ना। ते पर हुण काफ़ी हद तक बहुत चीज़ां चेंज हुई ने, ते हुण इस पंजाब दे विच लोग काफ़ी घट है, लेकिन इंडिया दे विच जे असीं गल करिए तां थोड़ा जिहा मैं कहने कि यह ठीक होया माहौल कलाकारां वास्ते। जिवें तुसीं हुण दे वी अगर सिद्धार्थ आर्टिस्ट हो गए या अमृता शेरगिल हो गए जिहड़े इत्थे दे ने, या होर बहुत दविंदर सिंह आर्टिस्ट हो गए, उन्हें जिन्हां ने अंतरराष्ट्रीय पद्धर ते बहुत ही नाम खट्टिया, दीवान माना हो गए, गुरदीप तिमान जी हो गए, और जिहड़े अज कल काम कर रहे बहुत ही सोहना, उन्होंने इस फील्ड के बहुत वड्डा नाम खट्टिया उन्होंने। अच्छा जे जे आप शुरुआत करिए मतलब है ना भी थोड़ा इधर नू आना किवें होया, एक तो होंगे ना कि शौक है जी है ना, सानू शुरू तो लग्या होया भी बच्चा स्केचा नाल खेडदा, कई बारी घर दे उन्हों मतलब आप कहने होंगे कि वड्याउण दे लई आ चीज़ां लैके दे दिंदे ने, उन्हें हाथ मूँह रंग लेने है ना, कोई कापियां कागज़ा वो सारे रंग देने, थोड़ा बचपन तो इधर नू आए हो या फिर कुछ दिमाग दे विच जिहड़ा आपां कहने हुंदे कि कोई गल फस गई या समझ आ गई कि हाँ भई ये खेतर जिहड़ा आ ये मेरे लिए बनिया। मेरा कोई इदा दा तां नहीं सी, पर मेरा सफ़र जिवें शुरू होया ये सीगा कि अंदर एक चाहत जरूर सी तस्वीरां बनाउण दी, वो की रुख लै लैणगियां ये नहीं सी मैनूं पता। शुरू तो ही बचपन तो मैनूं ड्राइंग करन दा बहुत ज़्यादा शौक सीगा, कुछ भी इवन सब तो पहला जिवें अपने लिए तो इतने किसी कुछ नहीं पता होंदा, छोटे तो छोटे बच्चे ये जरूर पता कि हाँ शोभा सिंह ने गुरु नानक देव जी की फोटो बनाई है ना, गुरु तेग बहादुर जी की बनाई है, तो उन्हों ही मैं कोशिश करनी कॉपी करन दी, या कोई भी चीज़ मिल जानी मैनूं उन्हों कॉपी करन दी, ड्रॉ करन दी कोशिश करनी। तो बस इस तरह हौली हौली कुछ जदों इस राह ते तुरदे तुरदे थोनों अगे मोटीवेट करन वाले मिल जाते हैं। मैंने मेरे स्कूल दे विच मैनूं याद है जदों मैं पंजवीं छेवीं सी, मैनूं मेरे ड्रॉइंग दे टीचर ने इन्ना इनकरेज किया, तो उन्होंने प्रोत्साहन दे नाल मैं होर भी इस फील्ड दे विच अगे जाना शुरू करता, तो मैनूं लग्या कि ये जिहड़ा फील्ड है मेरे लिए सब तो वधिया। तो सो वो इंसीडेंट तो बाद मेरा सफर ये शुरू हो गया, तो फिर मैं मुड़ के नहीं देखा, हालांकि मैं डांट भी बहुत बार खाधी है, तो घरदों को होंगे ही है कि एक ही पासे लगे रहना फाइन आर्ट्स, क्योंकि एक कला जिहड़ा खेतर है ये एक अच्छा कलाकार बनना भुखे मरने वाला काम है, भी कुछ कमाना भी है कि नहीं कमाना, पर अकाल पुरख की इन्नी मेहर रही है कि काम चल भी रहा है, तो बहुत सोहना चल रहा है, तो इस फील्ड ने मैं बहुत कुछ दिता कमाई नालों, कितने कितने मैंने लगता होंगे कि अपनी सोल की खुराक बहुत जरूरी है, तो वह मैं अकाल पुरख दे रहे हैं, तो मैं बड़ा सुकून मिलता है, तो जो दूसरे एप्रीशिएट करते हैं कि हाँ वो चीज़ तो मैं होर भी ज़्यादा वधिया मिलता कि मैं मेरी जिम्मेवारी मैंने लगती कि मैं होर वध गई कि मैं होर काम करा, तो बस इतों फिर मेरा सफ़र शुरू हो गया, तो कदम पिछे मुड़ के नहीं देखे। अच्छा एक ना जरूर समझाओ भी जोड़ा काम तुम कर रहे हो है ना, भी कला असल कला की गल करते हैं भी थोड़े लिए कला की आ, तो जिमें असी अज आप नज़र मार के चल जाएंगे देखा कि बहुत सोहना काम कर रहे हो, आप होर लोग भी मिलते हो रिश्तेदार भी वो कि समझते हैं, तो थोड़ा दायरा कितने तक जाता भी असल कला मनवीर कौर दे की चीज़ आ। मेरे लिए कला एक जीन का सब तो वड्डा जरिया, एक कलाकार लिए इस तो उपर कुछ नहीं होंदा, मेरी हमेशा यही अरदास रहती है कि अकाल पुरख वाहिगुरु जी सब कुछ तुसीं दिता पर कला सब तो मुख है। सो ये जिहड़ा परमात्मा ने दात बख्शी है एक कदे ना बस बस अपने कोलों एक कदे ना खोई जावे, ते बाकी गल है कि घर दे विच बहुता किसी नूं नहीं सी पता इस फील्ड बारे, पर
किसी ने रोकिया भी नहीं भी ये चीज़ नहीं करनी। जिवें मैं ग्रैजुएशन की उहदे विच सब्जेक्ट लिया, फिर मास्टर्स की, फिर PhD की इस फील्ड दे विच, मैनू कदे मेरे पेरेंट्स ने रोकिया नहीं हैगा भी ये अगे की करेंगी ये बारे की। हालांकि किसी नूं नहीं पता क्योंकि मेरे घर दे विच आर्ट फील्ड दे नाल कोई भी रिलेटेड नहीं हैगा, सिर्फ मैं ही अजे ने इस खेत्र नूं चुनिया, पर उन्होंने मैनू रोकिया कदे नहीं, हमेशा इनकरेज किया है कि हाँ सोहना कर रही हूँ होर भी वधिया करो। तो जिवें मैं एक गुरसिख फैमिली नूं बिलोंग करदी हाँ तो परिवार दे विच मदर और फादर दा दोनों दा ही एक जो बच्चे दे बहुत ज़्यादा इंपैक्ट पैंदा ते ओही चीज़ हमेशा पाठ पूजा दी गल करनी या गुरबाणी दी गल हुंदी सी ते सारियां गल्लां हुंदियां सी ते मैनूं लगदा ओही चीज़ मेरिया पेंटिंग्स दे विच आउणियां शुरू हो गईयां सहज समाई। तो मैनू नहीं लगता कि मैं आप कुछ इस चीज़ के विच हेल्प कोई बहुत ज़्यादा मैं कोशिश की, वो सहज सुभा अपने आप ही आना शुरू हो गया। तो मैनू वधिया भी लगता कि हाँ आ चीज़ आई है तो सारे वो चीज़ नू कोरिलेट करके अपने आप नाल कोरिलेट करके देखते हैं क्योंकि हर किसी की अपनी कहानी होंगी है। तो मेरे लिए जिवें पहला भी कहा सीगा कि कला मेरे लिए एक कलात्मक रस्ता है उस कादर तक पहुँचण का, तो जे कदे जे इस रस्ते कामयाब हो गए तो फिर तो ना तुसी गल कही है कि इस खेत्र च आना भुखे मरण वाला काम, मतलब क्योंकि फाइनैंशियली आप कह सकते हैं कि भाई ये समझ रखने वाले बहुते लोग है नहीं, थोड़ा नहीं पर थोड़ा एक ना एक कुड़ी के नाते हर किसी को अजकल होंगे कि सैल्फ डिपेंडेंट होना, मैं कुछ बनना, मैं चाहे जॉब करनी आ कोई बिजनेस करना, फिर वो जो सवाल चलता सी उहदा आंसर की लभदे सी कि तुसी मतलब भी सैल्फ डिपेंडेंट किवें होवोगे इस खेत्र दे विच ਕਿਹੜਾ ਰਸਤਾ ਲੱਭਦਾ ਸੀਗਾ ਕਿ ਹਾਂ ਇੱਧਰ ਨੂੰ ਜੇ ਜਾਵਾਂਗੇ ਤਾਂ ਭਾਈ ਉਹ ਜਿਹੜਾ ਉਹਦੀ ਪੂਰਤੀ ਵੀ ਹੋ ਸਕਦੀ ਆ। ਇਹ ਗੱਲ ਬਹੁਤ ਵਧੀਆ ਕੁਐਸਚਨ ਹੈ ਕਿਉਂਕਿ ਬਹੁਤ ਸਟੂਡੈਂਟਸ ਅਤੇ ਬਹੁਤ ਲੋਕ ਇਹ ਪੁੱਛਦੇ ਨੇ ਜ਼ਰੂਰ ਵੀ ਇਹ ਖੇਤਰ 'ਚ ਅੱਗੇ ਹੈ ਕੀ, ਪਰ ਮੈਂ ਇੱਕ ਚੀਜ਼ ਬਹੁਤ ਸਾਫ ਸਾਫ ਕਹਿ ਦਾਂ ਕਿ ਇਹ ਜਿਹੜਾ ਕਲਾ ਖੇਤਰ ਹੈ ਇੰਨਾ ਕੁ ਵਿਸ਼ਾਲ ਹੈ ਤਾਂ ਇਹਦੇ ਵਿੱਚ ਇੰਨੀ ਕੁ ਜ਼ਿਆਦਾ ਤਰੱਕੀ ਹੈ, ਅਗਰ ਤੁਸੀਂ ਸਟੇਬਲ ਹੋ ਗਏ ਅਤੇ ਇਸ ਖੇਤਰ 'ਚ ਚੱਲ ਗਏ, ਮੈਂ ਹੁਣ ਸਾ ਸਿੱਧੀ ਜੀ ਮਤਲਬ ਉਹ ਜੀ ਕਹੂੰਗੀ ਕਿ ਜੇ ਚੱਲ ਗਏ ਤਾਂ ਇਹ ਕੈਨਵਸ ਤੁਹਾਨੂੰ ਬਹੁਤ ਕੁਛ ਦਿੰਦਾ, ਮੈਂ ਇਹ ਕਹੂੰਗੀ ਕਿ ਕੈਨਵਸ ਤੁਹਾਨੂੰ ਬਹੁਤ ਕੁਛ ਦਿੰਦਾ। ਮੈਨੂੰ ਕਦੇ ਵੀ ਇਹ ਫੀਲਡ ਨੂੰ ਲੈ ਕੇ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਸ਼ਾਇਦ ਕੋਈ ਗਲਤ ਜਿਹੜਾ ਖੇਤਰ ਚੁਣ ਲਿਆ, ਮੈਂ ਜੋਬ ਵੀ ਕਰ ਰਹੀ ਹਾਂ, ਸੈਲਫ ਇੰਡੀਪੈਂਡੈਂਟ ਹੈਗੀ ਹਾਂ, ਮੈਂ ਕਿਸੇ 'ਤੇ ਡਿਪੈਂਡ ਨਹੀਂ ਹੈਗੀ, ਚੰਗੀ ਜੋਬ ਮੇਰੀ ਚੱਲ ਰਹੀ, ਮੈਂ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹਾਂ ਅਤੇ ਉਸ ਤੋਂ ਪਹਿਲਾਂ ਮਾਤਾ ਗੁਜਰੀ ਕਾਲਜ ਦੇ ਵਿੱਚ ਵੀ ਥੋੜ੍ਹੀ ਦੇਰ ਮੈਂ ਜੋਬ ਕੀਤੀ ਹੈ ਅਤੇ ਨਾਲ ਦੀ ਨਾਲ ਮੈਂ ਇਸ ਫੀਲਡ ਦੇ ਵਿੱਚ ਅਲੱਗ ਵੀ ਕੰਮ ਕਰ ਰਹੀ ਹਾਂ ਅਤੇ ਮੈਨੂੰ ਕਦੇ ਵੀ ਇਸ ਗੱਲ ਦਾ ਕਦੇ ਉਹ ਨਹੀਂ ਲੱਗਿਆ ਕਿ ਹਾਂ ਇਹ ਲੋਕਾਂ ਦੀ ਸੋਚ ਜ਼ਰੂਰ ਹੈਗੀ ਹੈ ਕਿਉਂਕਿ ਇੱਕ ਟਾਈਮ ਦੇ ਵਿੱਚ ਇਹ ਜ਼ਰੂਰ ਹੁੰਦਾ ਸੀਗਾ ਕਿ ਜਿਵੇਂ ਪਹਿਲਾਂ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਇਹ ਚੀਜ਼ ਜ਼ਰੂਰ ਹੁੰਦਾ ਸੀ ਕਿਉਂਕਿ ਐਕਸਪੋਜ਼ਰ ਨਹੀਂ ਸੀਗਾ ਸਾਡੇ ਕੋਲ, ਉਹ ਤਕਨੀਕਾਂ ਨਹੀਂ ਸੀਗੀਆਂ ਕਿ ਅਸੀਂ ਦੇਸ਼ ਦੇ ਦੂਜੇ ਕੋਨੇ ਦੁਨੀਆ ਦੇ ਦੂਸਰੇ ਕੋਨੇ 'ਤੇ ਆਪਣੀ ਗੱਲ ਨੂੰ ਪਹੁੰਚਾ ਸਕੀਏ। ਅਤੇ ਅੱਜ ਕੱਲ੍ਹ ਸਾਡੇ ਕੋਲ ਬਹੁਤ ਅਜਿਹੇ ਮਾਧਿਅਮ ਹੈਗੇ ਨੇ ਕਿ ਮੈਂ ਇਸ ਕਮਰੇ 'ਚ ਆਪਣੇ ਇਸ ਕਮਰੇ 'ਤੇ ਬੈਠ ਕੇ ਇੱਕ ਪੇਂਟਿੰਗ ਕਰ ਰਹੀ ਹਾਂ ਤਾਂ ਕੈਨੇਡਾ ਦੇ ਵਿੱਚ ਜਾਂ ਅਮੈਰੀਕਾ ਦੇ ਵਿੱਚ ਬੈਠਾ ਕੋਈ ਬੰਦਾ ਸੋਸ਼ਲ ਮੀਡੀਆ ਰਾਹੀਂ ਦੇਖ ਸਕਦਾ। ਸੋ ਸਾਡੇ ਕੋਲ ਐਕਸਪੋਜ਼ਰ ਬਹੁਤ ਜ਼ਿਆਦਾ ਹੋ ਗਿਆ। ਮੇਰੀਆਂ ਬਹੁਤ ਸਾਰੀਆਂ ਐਗਜੀਬਿਸ਼ਨਸ ਲੰਡਨ, ਅਮੈਰੀਕਾ, ਕੈਨੇਡਾ ਲੱਗੀਆਂ ਹੋਈਆਂ ਨੇ ਅਤੇ ਜੇ ਤੁਹਾਡਾ ਜਾਣ ਦਾ ਸਬੱਬ ਨਹੀਂ ਬਣਦਾ ਤਾਂ ਤੁਹਾਡਾ ਕੰਮ ਤੁਹਾਡਾ ਉੱਥੇ ਚਲਾ ਗਿਆ, ਮੇਰੀ ਪੇਂਟਿੰਗ ਉੱਥੇ ਚਲੀ ਗਈ, ਮੈਂ ਪਹੁੰਚ ਗਈ। ਸੋ ਇਸ ਤਰੀਕੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੀਆਂ ਪੇਂਟਿੰਗ ਸੇਲ ਵੀ ਹੁੰਦੀਆਂ ਨੇ। ਸੋ ਅੱਜ ਦੇ ਟਾਈਮ ਦੇ ਵਿੱਚ ਇਹ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਗੱਲ ਕਿ ਭੁੱਖੇ ਮਰਨ ਵਾਲਾ ਕੰਮ ਹੋ ਜਾਂਦਾ, ਪਰ ਇਹਦੇ ਇਹ ਮਿਹਨਤ ਮੰਗਦਾ, ਜਿੰਨਾ ਤੁਸੀਂ ਗੁੜ ਪਾਓਗੇ ਉਨਾ ਮਿੱਠਾ ਹੋਊਗਾ। ਸੋ ਇਹ ਬਹੁਤ ਜ਼ਿਆਦਾ ਮਿਹਨਤ ਮੰਗਦਾ ਹੈ ਅਤੇ ਤੁਹਾਡੇ ਥੋਟ ਪ੍ਰੋਸੈਸ ਨੂੰ ਜਿੰਨਾ ਇਮਾਨਦਾਰੀ ਦੇ ਨਾਲ ਤੁਸੀਂ ਆਪਣੀ ਪੇਂਟਿੰਗ ਦੇ ਵਿੱਚ ਆਪਣੀ ਗੱਲ ਨੂੰ ਕਹੋਗੇ ਤਾਂ ਉਹ ਨੇ ਲੋਕਾਂ ਦੇ ਮਨਾਂ ਤੱਕ ਪਹੁੰਚਣਾ ਹੀ ਪਹੁੰਚਣਾ, ਦਿਲ ਤੱਕ ਪਹੁੰਚਣਾ ਹੀ ਪਹੁੰਚਣਾ। ਅੱਛਾ ਇਹ ਗੱਲ ਦਾ ਥੋਟ ਕਿੱਥੋਂ ਆ, ਮਤਲਬ ਕਿੱਥੋਂ ਪੈਦਾ ਹੁੰਦਾ ਵੀ ਭਾਈ ਫਲਾਣੀ ਪੇਂਟਿੰਗ ਬਣਾਉਣੀ ਆ? ਇੱਕ ਤਾਂ ਹੁੰਦਾ ਨਾ ਕਿ ਚੰਡੀਗੜ੍ਹ ਵੀ ਬੈਠੇ ਨੇ ਬਹੁਤ ਆਰਟਿਸਟ ਬੈਠੇ ਨੇ, ਉਹ ਤੁਹਾਡੀ ਉਹ ਤਸਵੀਰ ਬਣਾ ਕੇ ਤੁਹਾਨੂੰ ਦੇ ਦਿੰਦੇ ਨੇ, ਤੁਹਾਡੀਆਂ ਜੋ ਮੈਂ ਦੇਖ ਰਿਹਾ ਨਾ ਪੇਂਟਿੰਗਸ ਨੇ ਇੱਧਰ, ਇਹ ਤੁਹਾਨੂੰ ਕੁਛ ਕਿਸੇ ਪਾਸੇ ਤੋਂ ਪੜ੍ਹ ਕੇ ਕੁਛ ਲੱਗਿਆ ਕਿ ਇੱਦਾਂ ਦੀ ਪੇਂਟਿੰਗ ਬਣਾਉਣੀ ਆ? ਜਿਵੇਂ ਕਲਾਕਾਰ ਹੁੰਦੇ ਨੇ ਨਾ, ਮੈਂ ਲਿਖਣ ਵਾਲੇ ਰਾਈਟਰਸ ਲੇਖਕ, ਉਹ ਕਹਿੰਦੇ ਨੇ ਕਿ ਸਾਨੂੰ ਆਮਦ ਹੁੰਦੀ ਆ, ਹੈ ਨਾ, ਸਾਨੂੰ ਕਿਸੇ ਚੀਜ਼ ਦਾ ਕੋਈ ਲਾ ਲਓ ਵੀ ਖਿਆਲ ਆਉਂਦਾ, ਜਿਹੜੀ ਚੀਜ਼ ਬੇਸ਼ੱਕ ਹੋਈ ਨਹੀਂ ਹੁੰਦੀ ਪਰ ਸਾਨੂੰ ਮਹਿਸੂਸ ਹੁੰਦਾ, ਅਸੀਂ ਉਹਨੂੰ ਲਿਖਤ ਦਾ ਰੂਪ ਵੀ ਦੇ ਦਿੰਦੇ ਹਾਂ। ਮਤਲਬ ਇਹ ਪੇਂਟਿੰਗ ਬਣਾਉਣ ਦਾ ਕੀ ਤੁਹਾਡੇ ਮਨ 'ਚ ਖਿਆਲ ਕਿਵੇਂ ਆਉਂਦਾ? ਇਹ ਬਿਲਕੁਲ ਸਹੀ ਹੈ ਕਿ ਇੱਕ ਤਰੀਕੇ ਦੇ ਨਾਲ ਫੀਲ ਦੀ ਗੱਲ ਹੁੰਦੀ ਹੈ,
ਤੁਹਾਡੇ ਨਾਲ ਕੋਈ ਇੰਸੀਡੈਂਟ ਕੋਈ ਹਾਦਸਾ ਵਾਪਰਿਆ, ਤੁਸੀਂ ਉਹਨੂੰ ਜਾਂ ਤੁਸੀਂ ਕਿਸੇ ਦੀ ਕੋਈ ਕਹਾਣੀ ਸੁਣੀ ਜਾਂ ਤੁਸੀਂ ਕੋਈ ਕਹਾਣੀ ਪੜ੍ਹੀ ਜਾਂ ਤੁਸੀਂ ਕੋਈ ਪੋਇਟਰੀ ਪੜ੍ਹੀ, ਉਹਦਾ ਤਾਂ ਤੁਹਾਡੇ 'ਤੇ ਕੀ ਇੰਪੈਕਟ ਪਿਆ? ਜ਼ਰੂਰੀ ਨਹੀਂ ਹੁੰਦਾ ਕਿ ਲਿਖਣ ਵਾਲੇ ਨੇ ਜੋ ਲਿਖਿਆ, ਤੁਸੀਂ ਉਹਨੂੰ ਆਪਣੇ ਆਪ ਨਾਲ ਜੋੜ ਕੇ ਦੇਖਦੇ ਹੋ। ਠੀਕ ਹੈ, ਕਿਸੇ ਨੇ ਫੁੱਲ ਬਣਾ ਤਾ, ਠੀਕ ਹੈ, ਉਹ ਕਿਸੇ ਲਈ ਫੁੱਲ ਕੁਛ ਵੀ ਹੋ ਸਕਦਾ, ਉਹਦੇ ਲਈ ਉਹਨੂੰ ਇਹ ਹੋ ਸਕਦਾ ਕਿ ਉਹਦੀ ਪ੍ਰੇਮਿਕਾ ਨੂੰ ਦਿੱਤਾ ਹੋਇਆ ਦੇਣਾ ਫੁੱਲ ਜਾਂ ਦਿੱਤਾ ਉਹ ਫੁੱਲ, ਠੀਕ ਹੈ, ਉਹਦੇ ਲਈ ਕੋਈ ਨੇਚਰ ਹੋ ਸਕਦੀ ਹੈ ਕਿਸੇ ਵਾਸਤੇ, ਠੀਕ ਹੈ, ਕਿਸੇ ਵਾਸਤੇ ਇਹ ਹੋਊਗਾ ਕਿ ਗੁਲਾਬ ਦਾ ਫੁੱਲ, ਇਹਦੇ ਨਾਲ ਕੰਢੇ ਜ਼ਰੂਰ ਲੱਗੇ ਹੋਣਗੇ ਕਿਉਂਕਿ ਕੰਢੇ ਹੁੰਦੇ ਨੇ। ਸੋ ਨਜ਼ਰੀਏ ਦਾ ਫਰਕ ਹੈ। ਅਤੇ ਜਦੋਂ ਮੇਰੀ ਥੋਟ ਪ੍ਰੋਸੈਸ ਜਦੋਂ ਚੱਲਦਾ, ਉਹ ਦੋ ਤਿੰਨ ਚੀਜ਼ਾਂ, ਮਤਲਬ ਮੈਨੂੰ ਇਹ ਲੱਗਦਾ ਕਿ ਇਹਨੂੰ ਐਕਸਪਲੇਨ ਕਰਨਾ ਬਹੁਤ ਔਖਾ ਹੈ ਵੈਸੇ ਸ਼ਬਦਾਂ ਦੇ ਵਿੱਚ। ਮੈਂ ਚਾਹੁੰਦਾ ਨਾ ਆਪਾਂ ਜਿਵੇਂ ਇਹਨੂੰ ਜੇ ਆਪਾਂ ਐਕਸਪਲੇਨ ਕਰਨਾ ਹੋਵੇ, ਕਿਉਂਕਿ ਵੇਖਣ ਵਾਲੇ ਵੀ ਸਮਝ ਸਕਦੇ ਨੇ ਆਸਾਨੀ ਦੇ ਨਾਲ ਜਦੋਂ ਤਸਵੀਰ ਸਾਹਮਣੇ ਆ, ਚਿੱਤਰਕਾਰੀ ਹੈ ਨਾ, ਹੁਣ ਇਹਦੇ ਦੇ ਵਿੱਚ ਤੁਹਾਡੀ ਸਮਝ ਕੀ ਕਹਿੰਦੀ ਆ, ਤੁਸੀਂ ਕੀ ਬਿਆਨ ਕਰਨਾ ਚਾਹੁੰਦੇ ਹੋ? ਇਹ ਪੇਂਟਿੰਗ ਦੇ ਵਿੱਚ ਜਦੋਂ ਆਪਾਂ ਗੱਲ ਕਰੀਏ, ਇਸ ਦੇ ਵਿੱਚ ਇੱਕ ਤਾਂ ਮੈਂ ਇੱਕ ਔਰਤ ਨੂੰ ਦਿਖਾਇਆ, ਠੀਕ ਹੈ, ਹੁਣ ਸਫੇਦ ਲਿਬਾਸ ਦਿਖਾਉਣ ਦਾ ਮੇਰਾ ਕਾਰਨ ਇਹ ਹੈ ਕਿ ਇੱਕ ਔਰਤ ਦੀ ਜਿਵੇਂ ਕਹਿ ਲਓ ਕਿ ਪਾਕ ਪਵਿੱਤਰਤਾ ਸਭ ਤੋਂ ਵੱਡੀ ਗੱਲ ਹੁੰਦੀ ਹੈ, ਠੀਕ ਹੈ, ਅਤੇ ਉਸ ਨੂੰ ਆਪਣੇ ਆਪ ਦੇ ਵਿੱਚ ਪਵਿੱਤਰਤਾ ਦਾ ਇੱਕ ਪ੍ਰਤੀਕ ਦਿਖਾਇਆ। ਦੂਸਰੇ ਪਾਸੇ ਇਹ ਹੈ ਕਿ ਉਹ ਕਿੰਨੀ ਕੁ ਸ਼ੁੱਧ ਹੈ। ਔਰਤ ਨੂੰ ਆਦਿ ਸ਼ਕਤੀ ਦਾ ਰੂਪ ਵੀ ਕਿਹਾ ਜਾਂਦਾ, ਔਰਤ ਨੂੰ ਮਾਇਆ ਦਾ ਰੂਪ ਵੀ ਕਿਹਾ ਜਾਂਦਾ, ਔਰਤ ਨੂੰ ਜਨਨੀ ਕਿਹਾ ਜਾਂਦਾ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਔਰਤ ਹੈ। ਬਹੁਤ ਚੀਜ਼ਾਂ ਨੇ ਜਿਹੜੀਆਂ ਉਹ ਮਰਦ ਤੋਂ ਕਿਤੇ ਅਲੱਗ ਉਹ ਦਿੱਤੀਆਂ ਜਾਂਦੀਆਂ। ਇੱਕ ਇਹ ਜੋ ਵਾਈਟ ਕਲਰ ਹੈ ਉਹ ਇੱਕ ਸਪਿਰਚੁਅਲਿਟੀ ਦਾ ਪ੍ਰਤੀਕ ਦਿਖਾਇਆ, ਠੀਕ ਹੈ, ਇਸ ਪਾਸੇ ਵੀ ਦੇਖ ਰਹੇ ਹਾਂ ਨਾ, ਇਸ ਪਾਸੇ ਮਤਲਬ ਬੜਾ ਮੱਧਮ ਹੈ। ਜਦੋਂ ਤੁਸੀਂ ਦੇਖ ਰਹੇ ਹੋ, ਦੇਖੋ ਜਿਹੜੇ ਘਰਾਂ ਦੇ ਵਿੱਚ ਆਪਾਂ ਆਮ ਪਿੰਡਾਂ 'ਚ, ਜਿਹੜੇ ਘਰਾਂ ਦੇ ਵਿੱਚ ਜਦੋਂ ਮਾਂ ਭੈਣ ਪਾਠ ਕਰਦੀਆਂ ਨੇ, ਹੈ ਨਾ, ਉਹ ਘਰ ਹਮੇਸ਼ਾ ਚੰਗੇ ਮੰਨੇ ਜਾਂਦੇ ਨੇ। ਹਾਲਾਂਕਿ ਚਲੋ ਮਰਦ ਵੀ ਕਰਦੇ ਨੇ, ਪਰ ਮਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਮੰਨੀ ਜਾਂਦੀ ਹੈ। ਹੁਣ ਇਸ ਪੇਂਟਿੰਗ ਦੇ ਵਿੱਚ ਮੈਂ ਇੱਕ ਚੀਜ਼ ਦਿਖਾਈ ਹੈ ਕਿ ਇਹ ਜਿਹੜੀ ਲੇਡੀ ਹੈ ਉਹ ਘਰ ਬਾਰ ਕਰਦੇ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਰਮ ਜਿਹੜਾ ਪਤੀ ਹੈ ਉਹਦੇ ਨਾਲ ਜੁੜੀ ਹੋਈ ਹੈ, ਹੱਥ ਕਾਰ ਵੱਲ ਦਿਲ ਯਾਰ ਵੱਲ। ਅਤੇ ਦੂਸਰੇ ਪਾਸੇ ਜਿਹੜੇ ਇਹ ਮੱਧਮ ਹੋਏ ਹੋਏ ਨੇ, ਉਹ ਸਿਰਫ ਇੱਕ ਦੁਨਿਆਵੀ ਜਿਹੜੇ ਕਾਰ ਨੇ ਉਹਨਾਂ 'ਚ ਫਸੇ ਹੋਏ ਨੇ, ਅਤੇ ਇਹ ਉਹ ਰਸਤੇ ਨੂੰ ਪਾਰ ਕਰ ਚੁੱਕੀ ਹੈ। ਹਾਲਾਂਕਿ ਉਹਦਾ ਜਿਵੇਂ ਘੜਾ ਹੈ ਇੱਕ ਦੁਨਿਆਵੀ ਜਿਹੜੇ ਉਹਦੇ ਵਿੱਚ ਫਸਿਆ ਹੋਣ ਦੇ ਬਾਵਜੂਦ ਉਹਦੇ, ਲੇਕਿਨ ਉਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਵੀ ਉਹ ਕਾਇਨਾਤ ਦੇ ਨਾਲ ਵੀ ਜੁੜੀ ਹੋਈ, ਉਹ ਕਾਦਰ ਦੇ ਨਾਲ ਵੀ ਜੁੜੀ ਹੋਈ ਹੈ, ਉਹ ਆਪਣੇ ਆਪ ਦੇ ਵਿੱਚ ਸੰਪੂਰਨ ਜਿਹੜੀ ਹੈਗੀ ਹੈ। ਵੈਸੇ ਇਸ ਪੇਂਟਿੰਗ ਦਾ ਨਾਮ ਮੈਂ ਸੋਹਣੀ ਰੱਖਿਆ, ਠੀਕ ਹੈ, ਸੋਹਣੀ ਸਿਰਫ ਆਪਾਂ ਕਿੱਸਿਆਂ ਦੇ ਨਾਲ ਨਾ ਜੋੜੀਏ ਕਿ ਹਾਂ ਸੋਹਣੀ ਸੋਹਣੀ, ਇਨ ਦਾ ਸੈਂਸ ਇਹ ਵੀ ਹੈਗਾ ਕਿ ਉਹ ਸਰੀਰਕ ਤੌਰ ਦੇ ਨਾਲ ਨਾਲ ਉਸਦੀ ਆਤਮਾ ਵੀ ਖੂਬਸੂਰਤ ਹੈ। ਸੋ ਇਹ ਹਰ ਇੱਕ ਲੜਕੀ ਹੋ ਸਕਦੀ ਹੈ, ਇਹ ਇੱਕ ਵਾਈਟ ਉਹ ਦਿਖਾਉਣ ਦਾ, ਇੱਕ ਹਰ ਇੱਕ ਕੋਈ ਵੀ ਲੜਕੀ ਹੋਈ, ਇਹਨੂੰ ਦੇਖਣ ਵਾਲੀ ਹਰ ਲੜਕੀ ਇਹੀ ਸੋਚੂਗੀ ਕਿ ਮੇਰਾ ਹੀ ਸ਼ਾਇਦ ਅਕਸ ਹੈ। ਸੋ ਇਸ ਤਰੀਕੇ ਨਾਲ ਥੋਟ ਪ੍ਰੋਸੈਸ ਚੱਲਦੇ ਰਹਿੰਦੇ ਨੇ ਮਾਇੰਡ ਦੇ ਵਿੱਚ। ਕਈ ਵਾਰ ਕਈ ਮੇਰੀਆਂ ਪੇਂਟਿੰਗਸ ਨੇ ਉਹਦੇ ਵਿੱਚ ਮੈਂ ਬਿਲਕੁਲ ਹੀ ਫੋਰਮ, ਜਿਵੇਂ ਇਸ ਦੇ ਵਿੱਚ ਹੈ, ਇਹਦੇ ਵਿੱਚ ਫੋਰਮ ਅਗਰ ਤੁਸੀਂ ਮੈਂ ਦਿਖਾਵਾਂ ਤਾਂ ਆਹ ਵਾਲੀ ਫੋਰਮ ਇੱਥੇ ਵਿੱਚ ਨਜ਼ਰ ਆ ਰਹੀ ਹੈ, ਲੇਕਿਨ ਫਿਰ ਵੀ ਇਸਨੂੰ ਡਿਸਟੋਰਟ ਕਰ ਦਿੱਤਾ ਗਿਆ। ਹੁਣ ਇਹ ਆਤਮਾ ਪਰਮਾਤਮਾ ਦੋਹਾਂ ਦੀ ਗੱਲ ਹੋ ਰਹੀ ਹੈ, ਠੀਕ ਹੈ, ਅਸੀਂ ਬਾਹਰਲੇ ਪਾਸੇ ਦੇ ਜਿਹੜੇ ਜੰਜਾਲ ਉਹਨਾਂ ਦੇ ਵਿੱਚ ਵੀ ਫਸੇ ਹੋਏ ਹਾਂ, ਲੇਕਿਨ ਆਪਣੇ ਆਪ ਨੂੰ ਉਸ ਚੀਜ਼ ਤੋਂ ਬਚਾ ਕੇ ਕਿਵੇਂ ਰੱਖਣਾ? ਕਿਉਂ? ਕਿਉਂਕਿ ਸਾਡਾ ਜਿਹੜਾ ਰਸਤਾ ਹੈ, ਸਾਡੀ ਜਰਨੀ ਜਿਹੜੀ ਹੈ, ਉਹ ਸਾਡੇ ਅੰਦਰ ਦੀ ਹੈ। ਬਾਹਰ ਦੀ ਟਰੈਵਲਿੰਗ ਤਾਂ ਸਾਰੇ ਕਰਦੇ ਹਾਂ, ਪਰ ਅੰਦਰ ਦੀ ਜਰਨੀ ਦਾ ਕੀ? ਉਹ ਨਾ ਜਿੱਦਾਂ ਤਸਵੀਰਾਂ 'ਚ ਤੁਸੀਂ ਸਮਝਾ ਰਹੇ ਹੋ, ਦੇਖੋ ਆਮ ਤੌਰ 'ਤੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਸੁਣਦੇ ਹਾਂ ਕਿ ਸ਼ਾਇਦ ਕਥਾਵਾਚਕ ਹੋ ਗਏ ਜਾਂ ਕਿਸੇ ਵੀ ਰਿਲੀਜਨ ਦੇ ਜਿਹੜੇ ਪ੍ਰਚਾਰਕ ਹੁੰਦੇ ਨੇ, ਮਤਲਬ ਜੇ ਕੁਛ ਕੱਢਣਾ ਆ, ਕੁਛ ਲੱਭਣਾ ਆ, ਤਾਂ ਕਿਹਾ ਜਾਂਦਾ ਨਾ, ਕਹਿੰਦੇ ਹਰ ਚੀਜ਼ ਦੇ ਵਿੱਚੋਂ ਤੁਹਾਨੂੰ ਲੱਭਿਆ ਜਾ ਸਕਦਾ, ਰੱਬ ਹਰ ਕਿਤੇ ਮਿਲ ਸਕਦਾ। ਅਤੇ ਤਸਵੀਰਾਂ ਨੂੰ ਲੈ ਕੇ ਕਿਹਾ ਜਾਂਦਾ ਭੈਣੇ ਕਿ ਤਸਵੀਰਾਂ ਬੋਲਦੀਆਂ ਨੇ। ਹੁਣ ਤਸਵੀਰਾਂ ਦੇ ਵਿੱਚੋਂ ਤੁਸੀਂ ਬੋਲਦੇ ਹੋ, ਜਿਵੇਂ ਦੱਸ ਰਹੇ ਹੋ ਨਾ ਕਿ ਆਹ ਰਸਤਾ ਵਿਖਾ ਰਹੀ ਹੈ ਸਾਨੂੰ ਜ਼ਿੰਦਗੀ ਦਾ, ਇਹਦਾ ਕੀ ਅਰਥ ਆ? ਇੱਕ ਚਿੱਤਰਕਾਰੀ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਦੁਨਿਆਵੀ ਚੀਜ਼ਾਂ ਨੂੰ ਕਵਰ ਕਰਦੀ ਆ, ਅਤੇ ਇੱਕ ਇਹ ਹੋ ਗਈ ਕਿ ਉੱਪਰ ਦੀਆਂ ਗੱਲਾਂ ਤੁਹਾਨੂੰ ਮਿਲਦੇ ਨੇ, ਇੱਦਾਂ ਦੇ ਸੂਝਵਾਨ ਦਰਸ਼ਕ ਵੇਖਣ ਵਾਲੇ ਵੀ, ਉਹ ਕਿਉਂਕਿ ਆਮ ਬੰਦੇ ਨੂੰ ਤਾਂ ਵਾਕਈ ਸਹੀ ਗੱਲ ਆ ਕਿ ਉਹਦੇ ਤਾਂ ਉੱਪਰ ਨੂੰ ਜਾਣਗੀਆਂ ਇਹ ਗੱਲਾਂ। ਬਹੁਤ ਮਿਲਦੇ ਨੇ, ਮੈਨੂੰ ਬੜੀ ਖੁਸ਼ੀ ਹੈ। ਅੱਛਾ, ਕਈ ਵਾਰ ਤਾਂ ਐਂ ਹੁੰਦਾ ਤੁਹਾਡੀ ਕਲਾਕ੍ਰਿਤੀ ਵਿੱਚੋਂ ਕਈ ਜਿਹੜੇ ਹੈਗੇ ਨੇ ਉਹ ਇੱਦਾਂ ਦਾ ਆਸਪੈਕਟ ਸਾਹਮਣੇ ਰੱਖਦੇ ਨੇ, ਉਹ ਸ਼ਾਇਦ ਕਲਾਕਾਰ ਨੇ ਵੀ ਨਹੀਂ ਸੋਚਿਆ ਹੁੰਦਾ। ਸੋ ਇੱਦਾਂ ਦਾ ਵੀ ਹੁੰਦਾ। ਸੋ ਜਿਵੇਂ ਕਹਿੰਦੇ ਨਾ ਕਿ ਚੋਰ ਨੂੰ ਚੋਰ ਮਿਲ ਜਾਂਦਾ,
साध नूं साध मिल जांदा है, सो साडी सोच वाले नूं उदां दे सोच वाले भी मिल जांदे ने। सो ये चीज़ हैगी है, इस नूं समझण वाले हैगे ने, बहुत हैगे ने। सो इस चीज़ नूं समझ, जिहड़े इस चीज़ की कदर करदे ने, जिन्हां नूं नहीं हैगे वह तो देखिया तो देख के चले गए, वह भी हैगे ने, बहुत हैगे ने, वह भी जो देखिया तो देख रहे, हाँ बहुत सोहनी है, बहुत सोहनी, ठीक है जी, बहुत सोहनी है। पर उहदे विच्चों लभण वाले भी बहुत कुछ हैगे ने, क्योंकि उही मैं पहला भी ये गल कही सी कि एक चीज़ नूं हुण इहनूं तुसीं देखोगे है ना, तुसीं इहदी कहानी कुछ होर बयान करोगे, ठीक है, कोई तीजा बंदा आ जाएगा वह इहदी कहानी कुछ होर बयान करेगा, ठीक है। पर एक गल जरूर हैगी कि यह रस्ता है, जे आपां नॉर्मल आम भाषा च गल करिए कि देखा भी हाँ रस्ता है, अंदर एक बंदा बैठा है, उधरले पासे रस्ता चला गया। जिवें आपां देखदे आ ना कि गुरबाणी का अर्थ कोई करता, कोई प्रचारक किसी ढंग नाल करता, कोई किसी ढंग नाल, मतलब रस्ता सब दा है भी थोनू परमात्मा बारे दसना, परमात्मा नाल मेल करवाना, उस चीज़ नाल मेल करना, उस जरिया कोई होर लफ्ज़ां की खेड है, किसी ने कोई होर लफ्ज़ां यूज़ कर लिया, किसी ने किसी होर लफ्ज़ां वरत लिया, ठीक है, शब्दों की खेड है, वह तक पहुँचने का रस्ता एक ही है, और जिहड़ा रस्ता है वह जिहड़ी मंजिल है वह एक ही है, वह कोई किहड़े रस्ते तो चला जाता, कोई किहड़े रस्ते तो चला जाता, ओके कोई गल किसी तरीके समझ आ जाता है। हुण जिवें चार अगर कथावाचक गल कर रहे हैं, जिवें तुसीं गल कही है, वह हो सकदा किसी नूं किसी तरीके गल समझ आए, क्योंकि सुनने वाले बहुत होंदे ने, लखां च सुनने वाले ने, किसी नूं किहड़ी गल समझ आ गई, किसी नूं किहड़ी गल समझ आ गई, सो वह अलग अलग तरीके नाल गल नूं समझाउंदे ने। सो मेरा यह हैगा कि मैं अलग अलग तरीके नाल उस गल नूं अपने आप नूं समझाउण दी कोशिश करदी, आ भी हैगा राह ते आ भी हैगा राह, देखण वाले नूं बहुत जणे नूं समझ भी आउंदी है, इहो जिही गल नहीं कि नहीं समझ आउंदी, उह होर कई वार डीप चले जांदे ने। सो उह चीज़ मैनूं लादे हुंदे कि हाँ चलो मैं सक्सैसफुल हो, जिहड़ी मैं गल कहना चाहुंदी सी कि उह व्यूअर्स तक पहुँची है गल कि हाँ उहनां नूं इह गल समझे, ये बाहर दी ट्रैवलिंग नहीं, ये अंदर दी जर्नी है, अंदर दी ट्रैवलिंग। तुसीं कहना कि मेरे लिए आर्ट जिहड़ा सुकून आ, मतलब परमात्मा दे नाल मिलाप आ, एक सिख धर्म दे विच भी इसका बड़ा है ना अहम स्थान आ, कहा जाता कि अजकल बहुत चीज़ा जिहड़ियां वो बदल दित्तियां गईयां ने या समय ने बदलतियां, वो एक चर्चा का वक्खरा विशा, पर तुसी भी एक चित्रकारी कर रहे हो है ना, अत्थरकारी जिहड़ा एक अलग तो आ, मैं चाहूँगा कि आपां हुण उहदी गल करिए क्योंकि वह बहुत जरूरी है, वो मतलब तो चर्चा भी नहीं होंदी किसी पासे। सुपने मैं ना वेख रहा भी धार्मिक है ना चिन्ह भी है ने, क्योंकि ना तुसीं जो चित्रकारी की आ अत्थरकारी जिहड़ी जिहदा अजकल कितें भी जिक्र नहीं आता बहुत वड्डे पद्धर दे उत्ते, ना कोई चर्चा दे विच आउंदी आ ना बहुत ही, मतलब इहदे बारे जरूर दसो क्योंकि तुसीं इहदे ते काम कर रहे हो, जो आपां ने ऑफ द कैमरा गल की आ, मैं चाहुंदा भी उह जरूर दर्शकां तक पहुँचनी चाहीदी आ। देखो ये दो चीज़ां हैगियां ने, एक हैगी अक्खरकारी, एक है लड़ीवार अक्खरकारी। पहला तो सानू इन्हां दोहां दे विच जो अर्थ ने वह समझण की बहुत लोड़ है, क्योंकि असी कह दें कि कैलीग्राफी की हुई है, कैलीग्राफी का संबंध कितने ना कितने कमर्शियल दे नाल है, और अक्खरकारी का कितने ना कितने संबंध एहसासा दे नाल है, ठीक है। तो उस तो बाद आ गई लड़ीवार अक्खरकारी, अक्खरकारी की हुई है तो उसनू लिखना, सब तो वड्डी गल तो आम भाषा दी कैलीग्राफी है कि सोहनी लिखाई, सोहना लिखना, उसनू अक्खरां नू बहुत सोहने तरीके नाल लिखना, अक्खरकारी उसनू पंजाबी च कह दिता। लेकिन फर्क की है अक्खरकारी ते लड़ीवार अक्खरकारी दे विच, कि आपां अपने पुराने ग्रंथ देखते हैं, ठीक है, गुरु ग्रंथ साहिब देख लो या पुराने जिन्हें भी ग्रंथ देख लो, वह किसी भी उहदे च नहीं, चाहे हिंदू आपां दे देखते हैं या अपना गुरु ग्रंथ साहिब देखते हैं, सारे लड़ीवार अक्खरकारी च ने। मैनू ये चीज़ का बड़ा हुंदा सी भी जे लिखिया जाए तो लड़ीवार अक्खरकारी लिखी जाए, मैं कदे भी दूसरी कैलीग्राफी नहीं की, मैं हमेशा लड़ीवार अक्खरकारी ही की, तो गुरबाणी ही लिखी है, क्योंकि मैनू ये मेरी आत्मा नूं बहुत सुकून देंदी सी। तो इहदे पिछे कारण की है, एक तो अज के समय की बहुत ज़्यादा लोड़ है। पहला ये दसो भी, क्योंकि ना कहा जाता ना कि जिहो जिहा परोसिया जाता असीं उह खा लैंदे आ, सानूं जो दिखाया जाता असीं उही समझ लैंदे आ, थानू कितों ये सब कुछ पता लग गया कि हाँ ये लड़ीवार अत्थरकारी जिहड़ी सी उहदी अहमियत ज़्यादा सी इतिहास के है ना, रिलीजियस जिहड़े भी धर्म के कहा कि सारे धर्मों के लड़ीवार अत्थरकारी जिहड़ी आ प्रमुख सी, तो अज कल असीं देख रहे हैं कि सारे शब्द है ना तोड़ के जिहड़े आ लिखे ने उवें ही पढ़े जाते हैं, तो मतलब ये समझ कितों आई, या क्योंकि एक इहदे लई तां एक ना कि अलग तो बंदे नूं स्टडी करनी पैंदी आ।
ਇਹਦੇ ਵਾਸਤੇ ਦੇਖੋ ਮੇਨ ਚੀਜ਼ ਹੈ ਕਿ ਅੱਖਰਕਾਰੀ ਦੀ ਅਹਿਮੀਅਤ ਮੈਂ ਪਹਿਲਾਂ ਲਿਖਦੀ ਜ਼ਰੂਰ ਹੁੰਦੀ ਸੀਗੀ, ਪਰ ਮੈਂ ਕਦੇ ਇਸ ਤਰੀਕੇ ਨਾਲ ਉਹ ਨਹੀਂ, ਮੈਂ ਜਦੋਂ ਪੁਰਾਣੇ ਗ੍ਰੰਥ ਦੇਖੇ ਅਤੇ ਉਹਨਾਂ ਨੂੰ ਦੇਖ ਦੇਖ ਕੇ ਹੀ ਜਦੋਂ ਮੈਂ ਕੋਈ ਸ਼ਬਦ ਨੂੰ ਲਿਖਣਾ ਸ਼ੁਰੂ ਕੀਤਾ, ਜਿਵੇਂ ਮੂਲ ਮੰਤਰ ਹੋ ਗਿਆ ਜਾਂ ਕੋਈ ਹੋਰ ਸ਼ਬਦ ਹੋ ਗਿਆ, ਉਹਨਾਂ ਨੂੰ ਲਿਖਣਾ ਸ਼ੁਰੂ ਕੀਤਾ, ਤਾਂ ਦੇਖੋ ਜੇ ਜਿਹੜੇ ਆਪਾਂ ਅਹਿਮੀਅਤ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡੀ ਇਹੀ ਅਹਿਮੀਅਤ ਹੈ, ਸਭ ਤੋਂ ਸਿੰਪਲ ਜਿਹੜੀ ਗੱਲ ਹੈ ਕਿ ਜਿਹੜੀ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਲਿਖਿਆ, ਇਸ ਤੋਂ ਵੱਡੀ ਅਹਿਮੀਅਤ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ, ਹੈ ਨਾ। ਕਿ ਉਹਦੇ ਵਿੱਚ ਕੋਈ ਨਾ ਕੋਈ ਅਹਿਮੀਅਤ ਹੋਊਗੀ, ਕੋਈ ਨਾ ਕੋਈ ਖਾਸ ਕਾਰਨ ਹੋਊਗਾ ਜਿਹੜੀ ਉਹਨਾਂ ਨੇ ਲੜੀਵਾਰ ਅੱਖਰਕਾਰੀ ਨੂੰ ਲਿਆ। ਮੈਂ ਚਾਹੁੰਦਾ ਆਪਾਂ ਨਾਲੋਂ ਨਾਲ ਹੈ ਨਾ ਦਿਖਾ ਵੀ ਦਈਏ ਜ਼ਰੂਰ ਵੀ ਲੜੀਵਾਰ ਅਤੇ ਉਹਦੇ ਵਿੱਚ ਫ਼ਰਕ ਕੀ ਆ, ਕਿਉਂਕਿ ਮੈਂ ਖੁਦ ਇੱਥੇ ਆ ਕੇ ਬਹੁਤ ਚੀਜ਼ਾਂ ਜਿਹੜੀਆਂ ਪਹਿਲੀ ਵਾਰੀ ਸੁਣ ਰਿਹਾ ਨਾ, ਸੁਭਾਵਿਕ ਆ ਵੀ ਦਰਸ਼ਕਾਂ ਲਈ ਵੀ ਬਹੁਤ ਕੁਛ ਨਵਾਂ ਆ, ਅਤੇ ਇੱਕ ਦੇਖਣ ਵਾਲੀ ਚੀਜ਼ ਹੁੰਦੀ ਜਿਹੜੀ ਉਹ ਅਸਰ ਬਹੁਤ ਛੇਤੀ ਕਰਦੀ ਆ। ਹਾਂਜੀ, ਹੁਣ ਮੈਂ ਜਿਵੇਂ ਲੜੀਵਾਰ ਅੱਖਰਕਾਰੀ 'ਚ, ਹੁਣ ਮੈਂ ਸਭ ਤੋਂ ਪਹਿਲਾਂ ਇਹੀ ਦੱਸਾਂ ਵੀ ਜੇ ਲੜੀਵਾਰ ਅੱਖਰਕਾਰੀ ਕਰਨ ਦਾ ਫਾਇਦਾ ਕੀ ਹੈ, ਕਿਉਂ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਜਿਹੜੇ ਪੁਰਾਤਨ ਗ੍ਰੰਥ ਨੇ ਉਹ ਲੜੀਵਾਰ 'ਚ ਰੱਖੇ ਗਏ ਨੇ, ਉਹਦੇ ਵਿੱਚ ਕੁਛ ਮਿਲਾਵਟ ਨਹੀਂ ਹੋ ਸਕਦੀ। ਕਿਉਂ ਅੱਜ ਦੇ ਟਾਈਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ ਸਰੂਪਾਂ ਦੇ ਵਿੱਚ ਇੰਨੀਆਂ ਗਲਤੀਆਂ ਕਿਉਂ ਮਿਲਦੀਆਂ ਨੇ, ਪੁਰਾਣਿਆਂ ਦੇ ਵਿੱਚ ਕਿਉਂ ਨਹੀਂ ਮਿਲਦੀਆਂ? ਅਗਰ ਕੋਈ ਅੱਖਰ ਨੂੰ ਸਹੀ ਕਰਨਾ ਹੁੰਦਾ ਸੀ ਉਹਦਾ ਇੱਕ ਅਲੱਗ ਤਰੀਕਾ ਹੁੰਦਾ ਸੀਗਾ, ਠੀਕ ਹੈ। ਇਹ ਸਭ ਤੋਂ ਵੱਡੀ ਤਰਾਸਦੀ ਹੈ ਕਿ ਅਸੀਂ ਲੜੀਵਾਰ ਅੱਖਰਕਾਰੀ ਲੜੀਵਾਰ ਪੜ੍ਹਨਾ ਬੰਦ ਕਰਤਾ, ਸੌਖਾ ਕਰ ਲਿਆ। ਲੜੀਵਾਰ ਦੀ ਆਪਣੀ ਇੱਕ ਬਹੁਤ ਮਹੱਤਤਾ ਹੈਗੀ ਹੈ, ਕਿਉਂਕਿ ਤੁਹਾਡੀ ਕੰਸਨਟ੍ਰੇਸ਼ਨ ਬਣਦੀ ਹੈ ਜਦੋਂ ਤੁਸੀਂ ਬਹੁਤ ਧਿਆਨ ਨਾਲ ਕਿਸੇ ਚੀਜ਼ ਨੂੰ ਪੜ੍ਹੋਗੇ, ਤੁਹਾਡਾ ਧਿਆਨ ਨਹੀਂ ਕਿਤੇ ਹੋ ਜਾਵੇ। ਮੋਸਟਲੀ ਲੋਕ ਇਹ ਗੱਲ ਕਹਿ ਦਿੰਦੇ ਨੇ ਕਿ ਜਦੋਂ ਪਾਠ ਕਰਦੇ ਹਾਂ ਤਾਂ ਸਾਡਾ ਧਿਆਨ ਕਿਤੇ ਹੋਰ ਚਲਾ ਜਾਂਦਾ, ਹੈ ਨਾ। ਅਤੇ ਜਦੋਂ ਮੈਨੂੰ ਲੱਗਦਾ ਆਪਾਂ ਲੜੀਵਾਰ ਪੜ੍ਹਾਂਗੇ ਤਾਂ ਸਾਡਾ ਧਿਆਨ ਨਹੀਂ ਜਾਊਗਾ ਕਿਤੇ, ਕਿਉਂਕਿ ਸਾਡੀ ਕੰਸਨਟ੍ਰੇਸ਼ਨ ਜਿਹੜੀ ਆ ਉੱਥੇ ਬਣਦੀ ਹੈ, ਠੀਕ ਹੈ। ਮੈਂ ਕੋਸ਼ਿਸ਼ ਕੀਤੀ ਹੈ, ਮਤਲਬ ਬਾਕੀ ਜਿਵੇਂ ਕਲਪੁਰਖ ਨੇ ਲਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਨਾਲ ਨਾਲ ਲੜੀਵਾਰ ਅੱਖਰਕਾਰੀ ਦੇ ਵਿੱਚ ਕੀਤੇ ਹੋਏ ਨੇ। ਮੂਲ ਮੰਤਰ ਹੈ ਔਰ ਗੁਰਮੰਤਰ ਦੇ ਇਸ ਤਰੀਕੇ ਨਾਲ ਸਾਰੇ ਉਹ ਕੀਤੇ ਹੋਏ ਨੇ, ਔਰ ਸਾਰਾ ਕੀਤਾ ਲੜੀਵਾਰ ਦੇ ਵਿੱਚ ਹੀ ਹੈ। ਮਤਲਬ ਜਿਵੇਂ ਹੈ ਨਾ ਆਪਾਂ ਦੇਖਦੇ ਹਾਂ ਕਿ ਸ਼ਬਦ ਤੋਂ ਬਾਅਦ ਸਪੇਸ ਦਿੱਤੀ ਜਾਂਦੀ ਹੈ, ਸੋ ਮੋਟਾ ਜਿਹਾ ਫਰਕ ਇਹਦਾ ਅੱਖਰਾਂ ਦੇ ਵਿੱਚ ਕੋਈ ਸਪੇਸ ਨਹੀਂ ਹੋਊਗੀ, ਠੀਕ ਹੈ। ਉਹਨੂੰ ਲੜੀਵਾਰ ਕੇ ਮਤਲਬ ਇੱਕੋ ਹੀ ਲਾਈਨ ਦੇ ਵਿੱਚ ਜਿਹੜੀ ਸਾਰੀ ਜਿਹੜੀ ਪੰਕਤੀ ਹੈ ਉਹ ਲਿਖੀ ਜਾਓ, ਉਹਦੇ ਵਿੱਚ ਕੋਈ ਵੀ ਸਪੇਸ ਨਹੀਂ ਦਿੱਤੀ ਜਾਂਦੀ। ਇਹ ਵਾਕਈ ਹੈ ਨਾ ਤੁਹਾਡੀ ਗੱਲ ਸਹੀ ਹੈ ਕਿ ਇਹਨੂੰ ਪੜ੍ਹਨ ਦੇ ਲਈ ਮੈਨੂੰ ਲੱਗਦਾ ਮਿਹਨਤ ਜ਼ਿਆਦਾ ਆਊਗੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਕਿਹੜਾ ਸ਼ਬਦ ਰੁਕ ਰਿਹਾ, ਕਿੱਥੇ ਕਿਹੜਾ ਸ਼ਬਦ ਜਿਹੜਾ ਹੈ ਨਾ ਉਹ ਅਗਲਾ ਸ਼ਬਦ ਸ਼ੁਰੂ ਹੋ ਗਿਆ। ਹਾਂਜੀ, ਕਿਉਂਕਿ ਸਾਨੂੰ ਇੱਥੇ ਕਿਤੇ ਨਾ ਕਿਤੇ ਸੰਸਥਾਵਾਂ ਦਾ ਵੀ ਬੜਾ ਅਹਿਮ ਰੋਲ ਹੋ ਸਕਦਾ, ਜਿਹੜੇ ਜਿਸ ਚੀਜ਼ ਤੋਂ ਮੈਨੂੰ ਲੱਗਦਾ ਕਿ ਉਹ ਮੁਨਕਰ ਹੋ ਰਹੇ ਨੇ ਆਪਣੇ ਇਸ ਫਰਜ਼ ਤੋਂ, ਕਿ ਜੇ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ ਹੀ ਉਸ ਤਰੀਕੇ ਨਾਲ, ਦੇਖੋ ਉਹੀ ਤੁਸੀਂ ਆਪ ਹੀ ਕਿਹਾ ਜਿਹੋ ਜਿਹਾ ਪਰੋਸਾਂਗੇ ਉਹੋ ਜਿਹਾ ਹੋਊਗਾ, ਜੇ ਅਸੀਂ ਸ਼ੁਰੂਆਤ ਤੋਂ ਹੀ ਉਹਨਾਂ ਨੂੰ ਲੜੀਵਾਰ ਸਿਖਾਉਣਾ ਸ਼ੁਰੂ ਕਰਾਂਗੇ ਕਿਉਂ ਨਹੀਂ ਬੱਚੇ ਸਿੱਖਣਗੇ? ਮੈਨੂੰ ਪਹਿਲਾਂ ਨਹੀਂ ਸੀ ਪਤਾ, ਮੈਂ ਖੁਦ ਇਸ ਚੀਜ਼ ਦੇ ਵਿੱਚ ਆਈ ਹਾਂ ਅਤੇ ਮੈਨੂੰ ਸਮਝ ਆਇਆ ਅਤੇ ਹੁਣ ਨਹੀਂ ਇੰਨਾ ਔਖਾ ਲੱਗਦਾ। ਅਤੇ ਜਦੋਂ ਸ਼ੁਰੂ ਤੋਂ ਹੀ ਬੱਚੇ ਨੂੰ ਉਹਦੀ ਪਰਵਰਿਸ਼ ਉਸ ਤਰੀਕੇ ਨਾਲ ਕੀਤੀ ਜਾਵੇ ਕਿ ਆਪਾਂ ਬੂਟੇ ਦੀ ਪਰਵਰਿਸ਼ ਕਰਦੇ ਹਾਂ ਉਵੇਂ ਤਾਂ ਹੀ ਉਸਨੂੰ ਪਾਣੀ ਦਿੰਦੇ ਹਾਂ, ਉਵੇਂ ਦੇ ਉਹਨੂੰ ਮਾਹੌਲ ਐਟਮੋਸਫੇਅਰ 'ਚ ਰੱਖਦੇ ਹਾਂ, ਉਹ ਉੱਦਾਂ ਦਾ ਹੋ ਜਾਂਦਾ, ਉਹਦੀ ਟ੍ਰਿਮਿੰਗ ਵੀ ਕੀਤੀ ਜਾਂਦੀ ਹੈ, ਹੈ ਨਾ। ਜਿਹੜੇ ਇੱਧਰ ਉੱਧਰ ਚਲੀਆਂ ਜਾਂਦੀਆਂ ਨੇ ਸ਼ਾਖਾਵਾਂ, ਉਹਦੀ ਆਪਾਂ ਟ੍ਰਿਮਿੰਗ ਵੀ ਕਰ ਤਾਂ ਕਿ ਉਹ ਪੂਰੇ ਫੋਰਮ ਦੇ ਵਿੱਚ ਆ ਜਾਵੇ, ਇੱਕ ਸ਼ੇਪ ਲਵੇ ਆਪਣੀ ਪ੍ਰੋਪਰ। ਅਤੇ ਅਗਰ ਇਹ ਚੀਜ਼ ਅਗਰ ਅੱਜ ਵਾਲੀ ਆਉਣ ਵਾਲੀ ਜਨਰੇਸ਼ਨ ਨੂੰ ਨਹੀਂ ਕਰਵਾਈ ਜਾਂਦੀ ਤਾਂ ਇੱਥੇ ਕਿਤੇ ਨਾ ਕਿਤੇ ਆਪਣਾ ਸਾਰਿਆਂ ਦਾ ਵੀ ਕਸੂਰ ਹੈਗਾ। ਅਤੇ ਜਿਹੜੇ ਬਹੁਤ ਮੈਨੂੰ ਕਈ ਮੇਰੇ ਸਟੂਡੈਂਟਸ ਹੈਗੇ ਵੀ ਨੇ ਜਾਂ ਹੋਰ ਵੀ ਬਹੁਤ ਲੋਕਾਂ ਦੇ ਕਈ ਵਾਰ ਆਉਂਦੇ ਨੇ ਕਿ ਅਸੀਂ ਲੜੀਵਾਰ ਸਿੱਖਣਾ ਹੈ। ਮੈਂ ਇਹੀ ਪੁੱਛਣ ਲੱਗਿਆ ਸੀਗਾ ਕਿ ਤੁਸੀਂ ਤਾਂ ਲੱਗੇ ਹੋਏ ਹੋ ਨਾ, ਮਿਹਨਤ ਕਰ ਰਹੇ ਹੋ ਲਗਾਤਾਰ, ਵੀ ਹੱਲਾਸ਼ੇਰੀ ਵੀ ਦਿੰਦਾ ਕੋਈ ਕਹਿੰਦਾ ਹੈ ਵੀ ਹਾਂ ਬਹੁਤ ਕਮਾਲ ਦੀ ਚੀਜ਼ ਜਿਹੜੀ ਆ, ਬਹੁਤ ਕਮਾਲ ਦਾ ਕੰਮ ਕਰ ਰਹੇ ਹੋ, ਅਤੇ ਸਾਡੇ ਵੀ ਕੋਈ ਹੈਗਾ ਆ ਇੱਛੁਕ ਜਿਹੜਾ ਉਹ ਸਿੱਖਣਾ ਚਾਹੁੰਦਾ? ਬਿਲਕੁਲ, ਕਹਿੰਦੇ ਵੀ ਨੇ, ਅਤੇ ਮੈਨੂੰ ਬੜੀ ਖੁਸ਼ੀ ਵੀ ਹੈ ਜਦੋਂ ਮੈਨੂੰ ਮੈਸੇਜ ਆਉਂਦੇ ਨੇ, ਕਾਲ ਵੀ ਆਉਂਦੀ ਹੈ ਕਿ ਅਸੀਂ ਇਸ ਤਰੀਕੇ ਨਾਲ ਲਿਖਣਾ ਚਾਹੁੰਦੇ ਹਾਂ, ਕਿਉਂਕਿ ਫੋਨ ਤਾਂ ਤੁਹਾਨੂੰ ਆਪਣੇ ਕੰਪਿਊਟਰ 'ਤੇ ਵੀ ਮਿਲ ਜਾਣਗੇ, ਫੋਨ 'ਤੇ ਵੀ ਮਿਲ ਜਾਣਗੇ, ਬਹੁਤ ਥਾਂ ਇਹੋ ਜਿਹੀਆਂ ਮਾਧਿਅਮ ਹੈਗੇ ਜਿੱਥੇ ਤੁਹਾਨੂੰ ਫੋਂਟ ਮਿਲ ਜਾਣਗੇ, ਪਰ ਇਹ ਫੋਂਟ ਕਿਤੇ ਨਹੀਂ ਮਿਲਣ ਲੱਗੇ। ਇਹ ਇੱਕ ਸਿੰਪਲ, ਦੇਖੋ ਬਹੁਤ ਜ਼ਿਆਦਾ ਕੋਈ ਔਖੀ ਲਿਖਾਈ ਵੀ ਨਹੀਂ ਹੈਗੀ, ਤੁਹਾਡੀ ਆਪਣੀ ਹੀ ਲਿਖਾਈ ਹੈ, ਲੇਕਿਨ ਉਸਨੂੰ ਲੜੀਵਾਰ ਲਿਖਣਾ, ਠੀਕ, ਕੋਈ ਔਖਾ ਨਹੀਂ ਹੈਗਾ ਇਸ ਚੀਜ਼ ਨੂੰ ਲਿਖਣਾ, ਬਸ ਇੱਕ ਸਮਝਣ ਦੀ ਲੋੜ ਹੈ ਅਤੇ ਇੱਕ ਕੰਸਨਟ੍ਰੇਸ਼ਨ ਦੀ ਬਹੁਤ ਜ਼ਰੂਰਤ ਹੈਗੀ ਹੈ ਜਿਹਦੇ ਨਾਲ ਤੁਸੀਂ ਲਿਖਿਆ। ਅੱਖਰਾਂ ਦੀ ਬਣਤਰ ਕਿਵੇਂ ਹੁੰਦੀ ਹੈ, ਹੁਣ ਜਿਵੇਂ ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਤਿੰਨ ਚਾਰ ਜਿਹੜੇ ਫੋਂਟ ਸੀਗੇ, ਗੁਰਬਾਣੀ ਦੀ ਅੱਖਰਕਾਰੀ ਸੀਗੇ, ਬਹੁਤ ਫੇਮਸ ਸੀਗੇ। ਅੰਮ੍ਰਿਤਸਰੀ ਅੱਖਰਕਾਰੀ ਹੋ ਗਈ, ਕਸ਼ਮੀਰ ਅੱਖਰਕਾਰੀ ਹੋ ਗਈ, ਫਿਰ ਇੱਕ ਦਮਦਮੀ ਅੱਖਰਕਾਰੀ ਸੀ। ਦਮਦਮੀ ਅੱਖਰਕਾਰੀ ਦੇ ਵਿੱਚ ਹੀ
ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਛਪਾਈਆਂ ਮਿਲਦੀਆਂ ਨੇ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਅਤੇ ਹੁਣ ਜਿਹੜੇ ਇਸ ਫੀਲਡ ਦੇ ਵਿੱਚ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਇਹ ਗੱਲ ਪਤਾ ਹੋਊਗੀ, ਕਿਉਂਕਿ ਉਹਨਾਂ ਅੱਖਰਾਂ ਦੀ ਜੋ ਬਣਤਰ ਹੈ ਬੜੀ ਹੀ ਖੂਬਸੂਰਤ ਹੈ, ਆਈ ਕੈਚਿੰਗ ਹੁੰਦੀ ਹੈ, ਜਿਹਨੂੰ ਦੇਖਣ ਕੇ ਜੀ ਕਰਦਾ ਹੈ ਕਿ ਹਾਂ ਅਸੀਂ ਦੇਖੀਏ ਉਸਨੂੰ, ਪੜ੍ਹੀਏ। ਹੈ ਨਾ, ਇੱਕ ਫੌਂਟ ਹੁੰਦਾ, ਹੁਣ ਆਪਾਂ ਟਾਈਪ ਵੀ ਕੁਛ ਕਰਨਾ ਹੋਵੇ ਆਪਾਂ ਫੌਂਟ ਚੇਂਜ ਕਰ ਕਰਕੇ ਦੇਖਦੇ ਹਾਂ, ਜਿਹੜਾ ਸਾਨੂੰ ਅੱਖਾਂ ਨੂੰ ਸਕੂਨ ਦਿੰਦਾ ਉਹ ਅਸੀਂ ਸਿਲੈਕਟ ਕਰਦੇ ਹਾਂ। ਉਸੇ ਤਰ੍ਹਾਂ ਇਹਦੇ ਵਿੱਚ ਨਵੀਂ ਫੌਂਟ ਜਿਹੜਾ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਗੁਰਬਾਣੀ ਦਾ, ਅਗਰ ਜੇ ਆਪਾਂ ਕਦੇ ਪ੍ਰਿੰਟਿੰਗ ਹੋ ਰਹੀ ਹੈ ਜਾਂ ਛਪਾਈਆਂ ਦੇ ਵਿੱਚ ਹੋ ਰਿਹਾ ਉਸ ਨੂੰ ਲਿਆ ਗਿਆ, ਕਿਉਂਕਿ ਉਹਨਾਂ ਦੀ ਬਣਤਰ ਹੀ ਬੜੀ ਕਮਾਲ ਦੀ ਹੈ। ਇਹਦੇ ਵਿੱਚ ਨਾ ਇਹ ਲਗਾਂ ਮਾਤਰਾਵਾਂ ਬਹੁਤ ਹੈ ਨਾ, ਇਹਨਾਂ ਨੂੰ ਜਿਵੇਂ ਖਿੱਚਿਆ ਗਿਆ ਆ, ਹਾਂ, ਮਤਲਬ ਇਹ ਇੱਕ ਤਰ੍ਹਾਂ ਨਾਲ ਇੱਦਾਂ ਲੱਗਦਾ ਕਿ ਸ਼ਾਇਦ ਸਾਰੇ ਸ਼ਬਦ ਇੱਕੋ ਸਾ ਇੱਕੋ ਤਰ੍ਹਾਂ ਦੇ ਨੇ। ਹਾਂਜੀ, ਇਹਦੇ ਉਹ ਫਿਰ ਜਦੋਂ ਵੀ ਆਪਾਂ ਇੱਕ ਫੌਂਟ ਦੇ ਵਿੱਚ ਕੰਮ ਕਰਦੇ ਹਾਂ ਤਾਂ ਉਹ ਸਾਰਾ ਉਸੇ ਲੈਅ ਦੇ ਵਿੱਚ, ਲੈਬਾਦ ਦੇ ਵਿੱਚ ਚੱਲਣਾ ਜ਼ਰੂਰੀ ਹੁੰਦਾ, ਕਿਉਂਕਿ ਕਿਸੇ ਨੂੰ ਇੱਧਰ ਉੱਧਰਲੇ ਪਾਸੇ ਨਹੀਂ ਕਰ ਸਕਦੇ। ਹੁਣ ਇਹ ਵਾਲਾ ਤੁਸੀਂ ਦੇਖੋਗੇ ਇਹ ਜਿਹੜਾ ਸ਼ਬਦ ਹੈਗਾ, ਇਹ ਸਾਰੇ ਜਿੰਨੀ ਵੀ ਇਹਦੀ ਫੋਰਮ ਹੈਗੀ ਉਹ ਸਾਰੀ ਇੱਕ ਪਾਸੇ ਨੂੰ ਜਾ ਰਹੀ ਹੈ, ਸੋ ਉਹ ਦੇਖਣ ਨੂੰ ਵੀ ਸੋਹਣਾ ਲੱਗਦਾ, ਠੀਕ ਹੈ, ਪੜ੍ਹਨਾ ਵੀ ਸੌਖਾ ਲੱਗਦਾ। ਇਹ ਬ੍ਰਹਮ ਕਵਚ ਦਾ ਸ਼ਬਦ ਦਾ ਪਾਠ ਹੈਗਾ, ਅਤੇ ਉਹ ਅੱਖਰਾਂ ਦੀ ਬਣਤਰ ਫਿਰ ਉਸੇ ਤਰੀਕੇ ਨਾਲ ਜਿਵੇਂ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਆਹ ਦੇਖੋ, ਇਹ ਉਸ ਤੋਂ ਵੀ ਥੋੜ੍ਹਾ ਜਿਹਾ ਅਲੱਗ ਫੌਂਟ ਹੈਗਾ, ਉਸਨੂੰ ਥੋੜ੍ਹਾ ਜਿਹਾ ਚੇਂਜ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੀਤਾ ਸਾਰਾ ਅੱਖਰਕਾਰੀ ਲੜੀਵਾਰ ਹੀ ਹੈ, ਲੇਕਿਨ ਉਹਦੇ ਵਿੱਚ ਕੁਛ ਨਾ ਕੁਛ ਮੇਰੇ ਆਪਣੇ ਵੀ, ਮੈਂ ਕਈ ਵਾਰ ਐਕਸਪੈਰੀਮੈਂਟ ਕਰਦੇ ਵੀ ਇਹਨੂੰ ਥੋੜ੍ਹਾ ਇਸ ਤਰੀਕੇ ਨਾਲ ਕਰਕੇ ਦੇਖਿਆ ਜਾਵੇ ਜਾਂ ਉਹ ਕਰਕੇ, ਲੇਕਿਨ ਉਹਦੀ ਜੋ ਐਕਚੁਅਲ ਸੋਲ ਹੈਗੀ ਹੈ, ਜੋ ਉਹਦੀ ਆਪਣੀ ਮੀਨਿੰਗ ਹੈਗਾ, ਉਹ ਨਹੀਂ ਕਦੇ ਵੀ ਚੇਂਜ ਹੁੰਦਾ। ਕਈ ਕੀ ਕਰਦੇ ਨੇ ਕਿ ਦੇਖੋ ਇਹਦੇ ਵਿੱਚ ਅੱਖਰਾਂ, ਇੱਕ ਤਾਂ ਪਹਿਲੀ ਗੱਲ ਤਾਂ ਹੈ ਗੁਰਬਾਣੀ, ਠੀਕ ਹੈ, ਉਹ ਧਿਆਨ ਬਹੁਤ ਰੱਖਣਾ, ਫਿਰ ਅੱਖਰਾਂ ਦੀ ਬਣਤਰ ਕਿਸ ਤਰੀਕੇ ਦੀ ਹੁੰਦੀ ਹੈ, ਕੋਈ ਦੱਦਾ ਲਾਉਣਾ ਜਾਂ ਥੱਥਾ ਪਾਉਣਾ, ਧੱਦਾ ਪਾਉਣਾ, ਕਿਤੇ ਅਸੀਂ ਲਗਾਂ ਮਾਤਰਾ ਨੂੰ ਬਹੁਤਾ ਜ਼ਿਆਦਾ ਸੋਹਣਾ ਕਰਨ ਦੇ ਚੱਕਰ 'ਚ ਜਾਂ ਲੰਬਾ ਕਰਨ ਦੇ ਚੱਕਰ 'ਚ ਕਿਤੇ ਅੱਖਰਾਂ ਦੀ ਬਣਤਰ ਤਾਂ ਨਹੀਂ ਚੇਂਜ ਕਰ ਬੈਠੇ। ਸੋ ਉੱਥੇ ਜੇ ਤਾਂ ਕਿਸੇ ਨੂੰ ਉਸ ਸ਼ਬਦ ਬਾਰੇ ਪਤਾ, ਉਹ ਤਾਂ ਚਲੋ ਸਮਝ ਲੂਗਾ, ਜਿਹੜਾ ਕੋਈ ਨਵਾਂ ਬੰਦਾ ਜਿਸਨੇ ਉਹ ਸ਼ਬਦ ਬਾਰੇ ਕਦੇ ਸੁਣਿਆ ਨਹੀਂ, ਪਹਿਲੀ ਵਾਰ ਪੜ੍ਹਨਾ, ਉੱਥੇ ਲਿਖਣ ਵਾਲੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਮੈਂ ਲਿਖਣਾ ਕਿਵੇਂ ਹੈ, ਉਸਨੂੰ ਸੋਹਣਾ ਕਰਨ ਦੇ, ਨਵੀਨੀਕਰਨ ਦੇ ਚੱਕਰ 'ਚ ਕਿਤੇ ਉਸਦੇ ਅਰਥਾਂ ਤਾਂ ਨਹੀਂ ਚੇਂਜ ਕਰ ਪਾ ਰਿਹਾ, ਕਿਤੇ ਉਹ ਅਗਲੇ ਤੱਕ ਜਿਹੜਾ ਮੇਰਾ ਮੈਸੇਜ ਹੈ, ਗੁਰਬਾਣੀ ਦਾ ਜਿਹੜਾ ਮੈਸੇਜ ਹੈ, ਮੇਰੇ ਉਸ ਕਲਾ ਕਰਕੇ ਜਾਂ ਮੇਰੇ ਉਹ ਲਿਖਣ ਦੇ ਸਟਾਈਲ ਕਰਕੇ ਕੁਛ ਬਦਲ ਤਾਂ ਨਹੀਂ ਗਿਆ। ਸੋ ਇਹ ਚੀਜ਼ ਵੀ ਅੱਖਰਕਾਰੀ ਲਿਖਣ ਲੱਗੇ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇਹ ਤਾਂ ਪ੍ਰਸਾਦ ਸਵਈਏ ਦੇ ਸ਼ਬਦ ਹਨੇ, ਉਹ ਲਿਖੇ ਨੇ। ਅੱਛਾ, ਕੁਛ ਧਾਰਿਆ ਹੋਇਆ ਕੁਛ ਮਕਸਦ ਇੱਕ ਹੁੰਦਾ ਨਾ ਕਿ ਮੈਂ ਆਹ ਚੀਜ਼ ਜਿਹੜੀ ਆ, ਇਹ ਕਈ ਵਾਰੀ ਹੁੰਦਾ ਕਿ ਮੈਂ ਪ੍ਰੂਵ ਕਰਨਾ, ਕਈ ਵਾਰੀ ਹੁੰਦਾ ਵੀ ਇਹ ਚੀਜ਼ ਜਿਹੜੀ ਆ ਇਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ, ਇਹਦਾ ਅਸਰ ਹੋਊਗਾ ਤਾਂ ਤਾਂ ਸਕੂਨ ਮਿਲੂਗਾ, ਜਾਂ ਮੇਰਾ ਇੱਕ ਟੀਚਾ ਆ ਮੈਂ ਉਸ ਜਗ੍ਹਾ ਦੇ ਉੱਤੇ ਜਾ ਕੇ ਆਪਣੀ ਜਿਹੜੀ ਪੇਂਟਿੰਗ ਆ ਉਹਦੀ ਐਗਜੀਬਿਸ਼ਨ ਲਾਉਣੀ, ਮਤਲਬ ਬਹੁਤ ਚੀਜ਼ਾਂ ਹੁੰਦੀਆਂ ਨੇ ਨਾ ਇਹ, ਆਪਾਂ ਬੀਂਗ ਅ ਹਿਊਮਨ ਬੀਂਗ ਸਾਡੇ ਵੀ ਸੁਪਨੇ ਹੁੰਦੇ ਨੇ, ਸਾਡੀਆਂ ਇੱਛਾਵਾਂ ਵੀ ਹੁੰਦੀਆਂ ਨੇ। ਮਨਵੀਰ ਕੌਰ ਕੀ ਚਾਹੁੰਦੇ ਨੇ ਵੀ ਹਾਂ ਹਾਲੇ ਹੋਣਾ ਬਾਕੀ ਆ ਇਸ ਖੇਤਰ 'ਚ, ਮਤਲਬ ਉਹਨਾਂ ਦੇ ਨਾਲ ਜੁੜਿਆ ਹੋਇਆ ਸਫ਼ਰ ਬਹੁਤ ਲੰਬਾ ਹੈ, ਹਾਲੇ ਤਾਂ ਸ਼ੁਰੂਆਤ ਹੋਈ ਹੈ, ਅਤੇ ਬਾਕੀ ਅਕਾਲ ਪੁਰਖ ਦਾ ਅਗਰ ਇਸੇ ਤਰ੍ਹਾਂ ਸਿਰ 'ਤੇ ਹੱਥ ਰਿਹਾ ਤਾਂ ਇਹ ਇੱਕ ਮਿਸਾਲ ਕਾਇਮ ਕਰਵਾਉਣੀ ਉਹਨਾਂ ਨੇ, ਅਸੀਂ ਸਿਰਫ ਇੱਕ ਜ਼ਰੀਆ ਕਿ ਇੱਕ ਤਾਂ ਲੜੀਵਾਰ ਅੱਖਰਕਾਰੀ ਦੀ ਜਿਹੜੀ ਮਹੱਤਤਾ ਹੈਗੀ ਆ, ਮਹਾਨਤਾ ਹੈ, ਮਹੱਤਤਾ ਨਾਲੋਂ ਮੈਂ ਮਹਾਨਤਾ ਕਹੂੰਗੀ, ਇਹ ਬਹੁਤ ਜ਼ਰੂਰੀ ਹੈ। ਅਤੇ ਅਗਰ ਅਕਾਲ ਪੁਰਖ ਨੇ ਕਿਰਪਾ ਕੀਤੀ ਤਾਂ ਇਸਨੂੰ ਹੋਰ ਵੀ ਅੱਗੇ ਲੈ ਕੇ ਜਾਣ ਦੇ, ਵਰਲਡ ਵਾਈਡ ਇਹਦੀ ਕਿੰਨੀ ਮਹਾਨਤਾ, ਅਸੀਂ ਸੁਣਦੇ ਜ਼ਰੂਰ ਹੈਗੇ ਹਾਂ, ਵੱਡੇ ਮਹਾਂਪੁਰਖਾਂ ਨੇ ਬੜਾ ਸੋਹਣਾ ਇਸ ਬਾਰੇ ਇਹਦੀ ਇੰਪੋਰਟੈਂਸ ਬਾਰੇ ਗੱਲ ਕੀਤੀ ਹੈ, ਅਤੇ ਪਰ ਪ੍ਰੈਕਟੀਕਲੀ ਉਹ ਚੀਜ਼ ਨਹੀਂ ਹੋ ਰਹੀ, ਠੀਕ ਹੈ। ਸੋ ਮੇਰਾ ਇੱਕ ਤਾਂ ਇਹ ਹੈਗਾ ਕਿ ਇਸ ਖਾਸ ਕਰਕੇ ਇਸਨੂੰ ਇੱਕ ਵਰਲਡ ਵਾਈਡ ਇਸਦੀ ਮਹਾਨਤਾ ਨੂੰ, ਮਹੱਤਤਾ ਨੂੰ ਦਰਸਾਉਣਾ ਅਤੇ ਦੱਸਣਾ ਵੀ ਲੜੀਵਾਰ ਅੱਖਰਕਾਰੀ ਜਿਹੜੀ ਹੈ ਕਿੰਨੀ ਇੰਪੋਰਟੈਂਟ ਹੈ, ਕਿਉਂਕਿ ਜਦੋਂ ਸਾਡੇ ਸਾਹਮਣੇ ਲੜੀਵਾਰ ਚੀਜ਼ ਆਉਣੀ ਸ਼ੁਰੂ ਹੋ ਜੂਗੀ, ਕਿਤੇ ਨਾ ਕਿਸੇ ਆਪਾਂ ਕਹਿੰਦੇ ਕਿ ਆਪਾਂ ਮਜਬੂਰ ਹੋ ਜਾਵਾਂਗੇ ਉਹਨੂੰ ਪੜ੍ਹਨ ਲਈ ਅਤੇ ਉਸਨੂੰ ਸਮਝਣ ਲਈ, ਜਦੋਂ ਸਾਡੇ ਕੋਲ ਉਹਦਾ ਤੋੜ ਆ ਜਾਂਦਾ ਨਾ, ਅਸੀਂ ਉੱਧਰਲੇ ਪਾਸੇ ਸੌਖੇ ਵਾਲੇ ਪਾਸੇ ਚੱਲਣਾ ਸ਼ੁਰੂ ਹੋ ਜਾਂਦੇ, ਜਦੋਂ ਹੋਊਗਾ ਹੀ ਨਹੀਂ ਤਾਂ ਸਾਡੇ ਲਈ ਸੌਖਾ ਹੋ ਜੂਗਾ ਇਸ ਚੀਜ਼ ਦੀ ਮਹੱਤਤਾ ਨੂੰ ਸਮਝਣ ਦਾ, ਲੋਕ ਜੁੜਨਗੇ, ਇੱਕ ਭਾਵਨਾ ਜੁੜੂਗੀ। ਅਤੇ ਹੱਥ ਲਿਖਤ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਦੇਖੋ
ਸਾਡੇ ਘਰਾਂ ਦੇ ਵਿੱਚ ਜਾਂ ਹਰ ਕਿਸੇ ਦੇ ਨਹੀਂ ਹੁੰਦਾ, ਅਗਰ ਤੁਹਾਡੇ ਕੋਲ ਕੋਈ ਪੁਰਾਤਨ ਕੋਈ ਪੋਥੀ ਆ ਜਾਵੇ, ਤੁਸੀਂ ਬੜੇ ਸ਼ਰਧਾ ਦੇ ਨਾਲ ਬੜੇ ਭਾਵਨਾ ਦੇ ਨਾਲ ਉਹਨੂੰ ਸਾਂਭ ਕੇ ਰੱਖਦੇ ਹੋ, ਠੀਕ ਹੈ। ਦੂਜੇ ਪਾਸੇ ਜਦੋਂ ਇੱਕ ਪ੍ਰਿੰਟਡ ਚੀਜ਼ ਆ ਜਾਂਦੀ ਹੈ, ਇੱਕ ਪ੍ਰਿੰਟਡ ਗੁਟਕਾ ਸਰੂਪ ਆ ਜਾਏ ਜਾਂ ਕੁਛ ਵੀ ਆ ਜਾਏ, ਉਹਦਾ ਫਰਕ ਹੈ ਮੈਨੂੰ ਲੱਗਦਾ ਬੋਲ ਕੇ ਦੱਸਣ ਦੀ ਲੋੜ ਨਹੀਂ ਹੈਗੀ, ਬਹੁਤ ਫਰਕ ਹੁੰਦਾ। ਠੀਕ ਹੈ ਨਾ, ਬਹੁਤ ਲੋਕਾਂ ਦੇ ਵਿੱਚ ਹੁੰਦੀ ਆ, ਇੱਛਾ ਹੁੰਦੀ ਆ, ਜਿਵੇਂ ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਮੈਂ ਚਾਹੁੰਦਾ ਕਿ ਆਹ ਫਾਈਲ ਨੂੰ ਜ਼ਰੂਰ ਆਪਾਂ ਪਾਸੇ ਕਰੀਏ, ਕਿਉਂਕਿ ਇਹਦੇ ਥੱਲੇ ਜੋ ਹੈ ਨਾ ਇਹ ਚਾਰਟ ਆ, ਇਹਦੇ 'ਤੇ ਮੈਨੂੰ ਲੱਗਦਾ ਵੀ ਤੁਸੀਂ ਕੁਛ ਸ਼ੁਰੂ ਕੀਤਾ ਹੋਇਆ, ਇਹਦੇ ਬਾਰੇ ਜ਼ਰੂਰ ਦੱਸਿਓ। ਅਤੇ ਦੂਜਾ, ਜਿਵੇਂ ਕਿਸੇ ਦੀ ਇੱਛਾ ਹੁੰਦੀ ਆ ਕਿ ਹਾਂ ਸਾਡੇ ਘਰ ਦੇ ਵਿੱਚ ਵੀ ਇਸ ਤਰੀਕੇ ਦਾ ਜਿਹੜਾ ਹੈ ਨਾ ਉਹ ਹੋਣਾ ਚਾਹੀਦਾ, ਚਾਰਟ ਲੱਗਿਆ ਹੋਣਾ ਚਾਹੀਦਾ, ਸ਼ੀਸ਼ੇ 'ਚ ਜੜਿਆ ਹੋਵੇ, ਉਹਦੇ ਉੱਤੇ ਗੁਰਬਾਣੀ ਦੀਆਂ ਤੁਕਾਂ ਹੋਣ, ਮੂਲ ਮੰਤਰ ਹੋਵੇ, ਮਤਲਬ ਇੱਦਾਂ ਦੇ ਤੁਹਾਡੇ ਕੋਲ ਆਉਂਦੇ ਨੇ ਲੋਕਾਂ ਵੱਲੋਂ? ਕੋਈ ਸੰਗਤ ਕਹਿੰਦੀ ਆ ਵੀ ਸਾਨੂੰ ਬਣਾ ਕੇ ਦਿਓ? ਬਿਲਕੁਲ ਆਉਂਦੀ ਹੈ ਖਾਸ, ਸਭ ਤੋਂ ਵੱਧ ਤਾਂ ਮੈਨੂੰ ਮੂਲ ਮੰਤਰ ਦਾ ਜ਼ਰੂਰ ਔਡਰ ਆਉਂਦੇ ਨੇ ਕਿ ਤੁਸੀਂ ਸਾਨੂੰ ਮੂਲ ਮੰਤਰ ਲਿਖ ਕੇ ਦਿਓ, ਅਤੇ ਮੇਰਾ ਫਿਰ ਇਹੀ ਹੁੰਦਾ ਕਿ ਮੈਂ ਬਹੁਤ ਜ਼ਿਆਦਾ ਉਸਨੂੰ ਡਿਜ਼ਾਇਨ ਫੋਰਮ ਦੇ ਵਿੱਚ ਨਹੀਂ ਕਰਕੇ ਉਹ ਦਿੰਦੀ, ਮੈਨੂੰ ਇਹ ਹੁੰਦਾ ਕਿ ਮੇਨ ਚੀਜ਼ ਇਹ ਹੈਗੀ ਹੈ ਕਿ ਮੂਲ ਮੰਤਰ ਇੰਪੋਰਟੈਂਟ ਹੈ ਉਹਦਾ, ਜਿਵੇਂ ਸਾਈਡ 'ਤੇ ਡੈਕੋਰੇਸ਼ਨ ਦੀ ਵੀ ਹੁੰਦੀ ਹੈ, ਚਲੋ ਉਹ ਬਾਰਡਰ ਚੰਗਾ ਵੀ ਲੱਗਦਾ, ਉਹ ਵੀ ਸਭ ਤੋਂ ਜ਼ਿਆਦਾ ਮੂਲ ਮੰਤਰ ਦੇ ਜ਼ਰੂਰ ਮੇਰੇ ਕੋਲ ਔਡਰਸ ਆਉਂਦੇ ਨੇ ਕਿ, ਅਤੇ ਮੈਨੂੰ ਚੰਗਾ ਲੱਗਦਾ ਕਿ ਵੀ ਮੂਲ ਮੰਤਰ ਕਹਿੰਦੇ ਅਸੀਂ ਆਪਣੇ ਡਰਾਇੰਗ ਰੂਮ 'ਚ ਰੱਖਣੇ ਨੇ। ਚਲੋ ਦੇਖੋ ਇਹ ਵੀ ਬਹੁਤ ਵੱਡੀ ਚੀਜ਼ ਹੈਗੀ ਹੈ, ਤੁਸੀਂ ਲੰਘਦੇ ਵੜਦੇ ਕਦੇ ਨਾ ਕਦੇ ਤੁਹਾਡੀ ਨਜ਼ਰ ਉੱਤੇ ਪੈਂਦੀ, ਤੁਸੀਂ ਪੜ੍ਹਦੇ ਹੋ, ਹੈ ਨਾ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਮੇਰੀ ਬਹੁਤ ਵੱਡੀ ਸੇਵਾ ਜਿਹੜੀ ਹੈ ਅਕਾਲ ਪੁਰਖ ਲੈ ਰਹੇ ਨੇ ਕਿ ਜਦੋਂ ਜੇ ਕੋਈ ਲੰਘਦਾ ਵੜਦਾ ਵੀ ਉਸਨੂੰ ਪੜ੍ਹਦਾ ਦੇਖਦਾ ਉਹਦੇ ਅੰਦਰੋਂ ਵਾਹਿਗੁਰੂ ਨਿਕਲਦਾ, ਮੂਲ ਮੰਤਰ ਅਕਾਲ ਪੁਰਖ ਦੇ ਨਾਲ ਜੁੜਦਾ ਹੈ, ਅਤੇ ਕਿਤੇ ਨਾ ਕਿਤੇ ਇੱਕ ਸੈਕਿੰਡ ਲਈ ਵੀ ਜੇ ਸੱਚੇ ਮਨੋਂ ਲੰਘ ਗਿਆ ਤਾਂ ਉਹਦਾ ਪਾਰ ਤਾਰਾ ਹੋ ਗਿਆ। ਇੱਥੇ ਵੀ ਤੁਹਾਨੂੰ ਸੰਪਰਕ ਕਰਕੇ ਹੈ ਨਾ ਜਿਹੜੇ ਬੰਦੇ ਸਮਝ ਰੱਖਦੇ ਨੇ, ਵਾਕਈ ਮੈਂ ਉਹੀ ਗੱਲ ਬਾਰ ਬਾਰ ਕਹਿ ਰਿਹਾ ਕਿਉਂਕਿ ਸਮਝ ਹੋਣੀ ਬਹੁਤ ਜ਼ਰੂਰੀ ਆ, ਉਹ ਇੱਥੇ ਵੀ ਆਉਂਦੇ ਹੋਣਗੇ ਤੁਹਾਡੀ ਜਿਹੜੇ ਪੇਂਟਿੰਗਸ ਦੇਖਣ ਦੇ ਲਈ, ਕਿਉਂਕਿ ਇੱਕ ਹੁੰਦਾ ਨਾ ਕਿ ਜਾ ਕੇ ਦੇਖੀਏ। ਹਾਂਜੀ, ਬਹੁਤ ਆਉਂਦੇ ਨੇ, ਬਹੁਤ ਲੋਕ ਆਉਂਦੇ ਨੇ ਕਿ ਦੇਖਣ ਵਾਸਤੇ, ਪੇਂਟਿੰਗਸ ਵੀ ਲੈ ਕੇ ਵੀ ਜਾਂਦੇ ਨੇ ਅਤੇ ਹੋਰ ਔਡਰਸ ਦੇ ਕੇ ਵੀ ਜਾਂਦੇ ਨੇ। ਅਤੇ ਹੁਣ ਜਦੋਂ ਦਾ ਮੈਂ ਅੱਖਰਕਾਰੀ ਦਾ ਸ਼ੁਰੂ ਕੀਤਾ ਤਾਂ ਅੱਖਰਕਾਰੀ ਦੇ ਵਿੱਚ ਤਾਂ ਕਾਫੀ ਜ਼ਿਆਦਾ ਆ ਰਹੇ ਨੇ ਵੀ ਸਾਨੂੰ ਮੂਲ ਮੰਤਰ ਬਣਾ ਕੇ ਦਿਓ। ਈਵਨ ਇਸ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਦੇ ਸਲੋਕ ਮੈਂ ਬਣਾਏ ਹੋਏ ਸੀਗੇ, ਇਹ ਹੁਣ ਦੂਜਾ ਹੈ, ਅਤੇ ਜਿਹੜਾ ਇਸ 'ਤੇ ਵੀ ਨੌਵੇਂ ਪਾਤਸ਼ਾਹ ਦੇ ਸਲੋਕ ਹੀ ਲਿਖਣੇ ਨੇ ਔਰ ਲੜੀਵਾਰ ਅੱਖਰਕਾਰੀ ਦੇ ਵਿੱਚ ਹੀ ਲਿਖਣੇ ਨੇ ਇਹ। ਸੋ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਭੈਣੇ, ਹੈ ਨਾ, ਕਿਉਂਕਿ ਹਰ ਕਿਸੇ ਦੇ ਹਿੱਸੇ ਇਸ ਤਰੀਕੇ ਦੀ ਕਲਾ ਨਹੀਂ ਆਉਂਦੀ, ਅਤੇ ਇਸ ਤਰੀਕੇ ਦੀ ਸੇਵਾ ਜਿਹੜੀ ਆ ਉਹ ਪਰਮਾਤਮਾ ਹਰ ਕਿਸੇ ਨੂੰ ਨਹੀਂ ਦਿੰਦਾ। ਹਾਂਜੀ ਬਿਲਕੁਲ, ਇਹ ਤਾਂ ਇਹ ਮੈਨੂੰ ਇਹੀ ਲੱਗਦਾ ਹੁੰਦਾ ਕਿ ਸ਼ਾਇਦ ਕਿਤੇ ਨਾ ਕਿਤੇ ਚੰਗੇ ਭਾਗ ਸੀਗੇ ਕਿ ਅਕਾਲ ਪੁਰਖ ਨੇ ਇਹ ਜਿਹੜੀ ਦਾਤ ਬਖਸ਼ੀ ਹੈ, ਅਤੇ ਇਹਦੇ 'ਚ ਹੋਰ ਜਿੰਨਾ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹਾਂ ਤਾਂ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਅਤੇ ਹੋਰ ਜਿਹਨਾਂ ਲੋਕਾਂ ਦੀ, ਕਿਉਂਕਿ ਤੁਹਾਡੇ ਨਾਲ ਇੱਕ ਹੋਰ ਵੀ ਜ਼ਿਆਦਾ ਰਿਸਪੋਂਸੀਬਿਲਟੀ ਜੁੜ ਜਾਂਦੀ ਹੈ ਕਿ ਇਹਦੇ ਆਹ ਵੀ ਚੀਜ਼ ਹੋਵੇ, ਲੋਕ ਤੁਹਾਡੇ ਤੋਂ ਬਹੁਤ ਜ਼ਿਆਦਾ ਐਕਸਪੈਕਟ ਕਰਨ ਲੱਗ ਜਾਂਦੇ ਨੇ ਅਤੇ ਕਈ ਵਾਰ ਆਪਣਾ ਆਪ ਹੀ ਤੁਹਾਡੇ ਤੋਂ ਐਕਸਪੈਕਟ ਜ਼ਿਆਦਾ ਕਰਨ ਲੱਗ ਜਾਂਦੇ, ਨਾ ਇਸ ਤੋਂ ਹੁਣ ਅੱਗੇ ਸਟੈਪ, ਹੁਣ ਇਸ ਤੋਂ ਅੱਗੇ ਸਟੈਪ। ਸੋ ਕੋਸ਼ਿਸ਼ ਕਰਦੇ ਹਾਂ ਉਹ ਸਾਰਾ ਕੁਝ ਪੂਰਾ ਕਰਨ ਦੀ ਅਤੇ ਇਸ ਨੂੰ ਇਹ ਮਾਧਿਅਮ ਨੂੰ ਵਰਲਡ ਵਾਈਡ ਲੈ ਕੇ ਜਾਣ ਦੀ, ਜੇ ਅਕਾਲ ਪੁਰਖ ਨੇ ਬਖਸ਼ੀ ਇੰਨੀ ਜ਼ਿੰਦਗੀ ਅਤੇ ਇੰਨਾ ਤਫੀਕ ਬਖਸ਼ੀ ਤਾਂ ਲੈ ਕੇ ਜਾਵਾਂਗੇ ਅਤੇ ਹੋਰ ਕੋਸ਼ਿਸ਼ ਕਰੂੰਗੀ ਕਰਨ ਦੀ। ਬਾਕੀ ਇਹ ਕਲਾਤਮਕ ਸਫ਼ਰ ਹੈ ਅਤੇ ਦੇਖੋ ਕਿੱਥੇ ਤੱਕ ਪਹੁੰਚਦੇ, ਬਹੁਤ ਦੂਰ ਤੱਕ ਜਾਣਾ ਹਲੇ। ਦੇਖੋ ਅਸੀਂ ਨਾ ਜਿਹੜਾ ਬੰਦਾ ਜਿਹੜੇ ਕਿੱਤੇ ਨਾਲ ਜੁੜਿਆ ਹੁੰਦਾ ਉਹਨੂੰ ਐਂ ਲੱਗਦਾ, ਚਾਹੇ ਮੈਂ ਵੀ ਹਾਂ, ਕਿ ਸ਼ਾਇਦ ਮੇਰਾ ਕੰਮ ਹੀ ਸਭ ਤੋਂ ਔਖਾ, ਦੂਜੇ ਦੇ ਕੰਮ ਦੇ ਵਿੱਚ ਅਸੀਂ ਵੜ ਕੇ ਵੇਖਦੇ ਹੀ ਨਹੀਂ ਕਿਉਂਕਿ ਸਾਨੂੰ ਵਿਹਲੇ ਨਹੀਂ ਮਿਲਦੀ। ਪਰ ਅੱਜ ਮੈਂ ਤੁਹਾਨੂੰ ਸੱਚ ਦੱਸਦਾ, ਮੈਨੂੰ ਲੱਗਦਾ ਕਿ ਇਹ ਬਹੁਤ ਬਹੁਤ ਹੈ ਨਾ ਔਖਾ ਕਾਰਜ ਹੈ, ਇਹਦੇ ਲਈ ਮਿਹਨਤ ਕਿੰਨੀ ਕਰਨੀ ਪੈਂਦੀ ਆ। ਬੇਸ਼ੱਕ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਆਮ ਨਹੀਂ ਮਿਲਣਗੀਆਂ। ਮਸ਼ਹੂਰੀ ਜਿਹੜੀ ਆ ਕਲਾਕਾਰਾਂ ਨੂੰ, ਮੈਂ ਸ਼ੁਰੂਆਤ ਕੀਤੀ ਸੀ ਨਾ ਵੀ ਗਾਉਣ ਵਾਲਿਆਂ ਦੀ ਮਸ਼ਹੂਰੀ ਤਾਂ ਜਿਹੜੀ ਆ ਉਹ ਫਟਾਕ ਦੇ ਕੇ ਹੋ ਜਾਂਦੀ ਆ, ਪਰ ਇੱਕ ਜਿਹੜੀ ਅਸਲ ਦੇ ਵਿੱਚ ਡੂੰਘੀ ਮਿਹਨਤ ਆ ਉਹਨੂੰ ਲੱਭਣਾ ਪੈਂਦਾ। ਉਹ ਮਿਹਨਤ ਕਰਨ ਵਾਲਾ ਆਪਣੇ ਆਪ ਦੇ ਵਿੱਚ, ਆਪਣੇ ਸਕੂਨ ਦੇ ਵਿੱਚ ਜਿਹੜਾ ਆ ਉਹ ਜੀ ਰਿਹਾ ਹੁੰਦਾ। ਸੋ ਮੈਂ ਅੱਜ ਖੁਦ ਬਹੁਤ ਕੁਝ ਸਿੱਖਿਆ, ਬਹੁਤ ਕੁਝ ਪਹਿਲੀ ਵਾਰੀ ਦੇਖਿਆ, ਬਹੁਤ ਗੱਲਾਂ ਜਿਹੜੀਆਂ ਉਹ ਪਹਿਲੀ ਵਾਰੀ ਪਤਾ ਲੱਗੀਆਂ ਨੇ। ਆਸ ਕਰਦਾ ਤੁਹਾਨੂੰ ਚੰਗਾ ਲੱਗਿਆ ਹੋਊਗਾ, ਮੁਲਾਕਾਤ ਜਿਹੜੀ ਆ ਤੁਹਾਡੇ ਲਈ ਵੀ ਕੁਝ ਨਵੀਆਂ ਗੱਲਾਂ ਜਿਹੜੀਆਂ ਉਹ ਲੈ ਕੇ ਆਈ ਹੋਊਗੀ। ਦਿਓ ਆਗਿਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।